Bismillah ar-Rahman ar-Rahim. Assalamu alaikum. Zehan Saso Korba Muhammad Fahim. Otaso Gore program, the Pekhawar Ghag. The Pekhawar Toro Nagata Jaba, Aksar Lakata, Hare Jabawi, Aga Hinkoda, or Nanzamun program, Bada Hinko Jaba Baraki, or Dagawaja Mada program, Nanda Hinko Jaba Kevako. Hinko Zabanda, Akhir Subsi Vada came as Lave, K Galoyeki, is Jagadekar, Jesse Hinko Subsi at the Burjandi, Achkal Bilkul Hinko come on the Payete, Hinko Zaban, Zabuhari, the Shikare, Aj Asi Koshish Karsina case program the car, or would you have some like Aya, the Oh Majade is the Hale, or be some Malum Karina, Akhir Kistana Asi Dubara Hinkono, Dafawat, Apare Parate Kalwa Saknea, the Apare Bachanu, the Anandasanu, is Zaban Montakil Karsaknea. Subsi Pedagol is Dr. Saladin Sab Mojudne, both Wada Namne, Nan and Hedmat is the Bana Sekiti and Sab the Summer One. ਗੱਲ ਕਰਨੇ ਆ ਡਾਕਟਰ ਸਾਹਿਬ ਬਹੁਤ ਸ਼ੁਕਰੀਆ ਮੈਂ ਸਾਨੂੰ ਟਾਈਮ ਦਿੱਤਾ ਹੈ ਕਿ ਕਿਸੋ ਕੀ ਵਜ੍ਹਾ ਵੇ ਕਿ ਹਿੰਕੋ ਜ਼ਬਾਨ ਦਿਨ ਬ ਦਿਨ ਇਸ ਦੇ ਜਿਹੜੇ ਬੋਲਣ ਵਾਲੇ ਨੇ ਉਹ ਵੀ ਕਮ ਹੁੰਦੇ ਪੈਂਦੇ ਇਸ ਦਾ ਇਸਤੇਮਾਲ ਕਾਫੀ ਕਮ ਹੋ ਗਿਆ ਬਹੁਤ ਮਿਹਰਬਾਨੀ ਜੀ ਦੇਖੋ ਜੀ ਸਭ ਤੱਕ ਕਿਸੇ ਵੀ ਜ਼ਬਾਨ ਦਾ ਤਾਲੁਕ ਹੈ ਉਸ ਦੀ ਕਲਚਰ ਜਾਂ ਉਸ ਦੀ ਜਿਹੜੀ ਸਕਾਫਤ ਦੇ ਮੁxtਲਿਫ ਮਜ਼ਾਹਿਰ ਹੁੰਦੇ ਨੇ ਉਸ ਦੀ ਬੁਨਿਆਦ ਹਕੂਮਤੀ ਸਰਪ੍ਰਸਤੀ ਤੇ ਹੁੰਦੀ ਹੈ ਅਗਰ ਤੁਸੀਂ ਅੱਜ ਸੇ ਤਕਰੀਬਨ ਕੋਈ 1000 ਸਾਲ ਪਿਛੇ ਚਲੇ ਜਾਓ ਤਾਂ ਇਸ ਜਗ੍ਹਾ ਦੇ ਉੱਤੇ ਮੁxtਲਿਫ ਹਿੰਦੁਸਤਾਨ ਜੀ ਗੈਰ ਮੁਨਕਸਮ ਹਿੰਦੁਸਤਾਨ ਹੈ ਉਸੇ ਜ਼ਮੀਨ ਦੇ ਕਾਰ ਜਾਂ ਉਸੇ ਮੁxtਲਿਫ ਰਿਆਸਤਾਂ ਦੇ ਕਾਰ ਜਿਹੜੀ ਜ਼ਬਾਨ ਬੋਲੀ ਜਾਂਦੀ ਉਹ ਸੰਸਕ੍ਰਿਤ ਜਾਂ ਕੋਈ ਲੋਕ ਇਸ ਨੂੰ ਸੰਸਕ੍ਰਿਤ ਪੜ੍ਹਦੇ ਨੇ ਪਾਨੀਨੀ ਸੀ ਸ਼ੁਰੂ ਹੁੰਦੀ ਹੈ ਜਿਹੜੀ ਕਿ 1000 ਸਾਲ ਪਹਿਲੇ ਇਸੇ ਇਲਾਕੇ ਦੇ ਕਾਰ ਮੌਜੂਦ ਹੈ ਤੇ ਉਸਨੇ ਇਸ ਦੇ ਹਰੂਫ ਤਹਜੀ ਜਿਹੜੇ ਨੇ ਤਾਂ ਉਸੇ ਬੁਨਿਆਦ ਰੱਖੀ ਤਰਫ ਤਰਫ ਤੋਂ ਅਸੀਂ ਦੇਖਨੇ ਕਿ ਇਸ ਵਾਰ ਮੁਗਲ ਦੌਰ ਇਸ ਜਗ੍ਹਾ ਦੇ ਉੱਤੇ ਆਮ ਹੁੰਦਾ ਹੈ ਉਸ ਦੀ ਗ੍ਰਿਫਤ ਜ਼ਿਆਦਾ ਹੁੰਦੀ ਹੈ ਤਾਂ ਸਾਨੂੰ ਫਾਰਸੀ ਜ਼ਬਾਨ ਜਿਹੜੀ ਹੈ ਤਾਂ ਪੂਰੇ ਹਿੰਦੁਸਤਾਨ ਦੇ ਕਾਰ ਨਜ਼ਰ ਆਉਂਦੀ ਹੈ ਤਾਂ ਉਸ ਵਾਸਤੇ ਕੋਈ ਅਜਿਹੀ ਤਖਸੀਸ ਨਹੀਂ ਹੈ ਕਿ ਇਸਦੇ ਬੋਲਣ ਵਾਲਾ ਹਿੰਦੂ ਹੈ ਜਾਂ ਇਸਦੇ ਬੋਲਣ ਵਾਲਾ ਕੋਈ ਮੁਸਲਮਾਨ ਹੈ ਬਿਲਾ ਇਮਤਿਆਜ਼ ਉਸ ਜਗ੍ਹਾ 'ਤੇ ਬੋਲੀ ਜਾਂਦੀ ਜਿਸ ਵਕਤ ਮੁਗਲ ਦੌਰ ਸੀ ਇਹ ਹਕੂਮਤ ਲੈ ਕੇ ਅਤੇ ਅੰਗਰੇਜ਼ ਸਾਹਮਣੇ ਆਏ ਹੋਏ ਤਾਂ ਤੁਹਾਨੂੰ ਦੇਖਿਆ ਹੋਵੇ ਕਿ ਇਸ ਜਗ੍ਹਾ 'ਤੇ ਹਰ ਉਹ ਬੰਦਾ ਕਿ ਜਿਹੜਾ ਅੰਗਰੇਜ਼ੀ ਜਾਣ ਸਕਦਾ ਹੈ ਉਸੇ ਨੂੰ ਲਿਟਰੇਟ ਕਿਹਾ ਜਾਂਦਾ ਹੈ ਜਾਂ ਉਸੇ ਨੂੰ ਆਲਮ ਸਮਝਿਆ ਜਾਂਦਾ ਹੈ ਜਦਕਿ ਅਰਬੀ ਜਾਂ ਫਾਰਸੀ ਜਿਹੜੀ ਹੈ ਤਾਂ ਉਸ ਵਕਤ ਇੱਕ ਪਿੱਛੇ ਚਲੀ ਗਈ ਅਤੇ ਪਾਕਿਸਤਾਨ ਬਣਨ ਸੀ ਬਾਅਦ ਵੀ ਤੁਸੀਂ ਦੇਖਦੇ ਪਏ ਹੋ ਕਿ ਇੱਕ ਇਹੋ ਜਿਹਾ ਇੱਕ ਦੌਰ ਸਾਨੂੰ ਦਿਖਾਈ ਦਿੰਦਾ ਹੋਵੇ ਕਿ ਜਿਸਦੇ ਕਾਰ ਯਕੀਨਨ ਅੰਗਰੇਜ਼ੀ ਇਸ ਵਕਤ ਹੀ ਮੌਜੂਦ ਹੈ ਮਗਰ ਉਸਦੀ ਮੁਖਾਲਫਤ ਇੱਕ ਬੜੇ ਵੱਡੇ ਪੈਮਾਨੇ ਉੱਤੇ ਮੌਜੂਦ ਆਈ ਅਤੇ ਹੁਣ ਵੀ ਆਵੇ ਇਸ ਤਰੀਕੇ ਨਾਲ ਅਗਰ ਤੁਸੀਂ ਆਪਣੇ ਇਸ ਦਾਇਰੇ ਦੇ ਕਾ ਜਿਸ ਨੂੰ ਤੁਸੀਂ ਅਸੀਂ ਪਿਸ਼ਾਵਰ ਕਹਿੰਦੇ ਹਾਂ ਜਾਂ ਆਪਣੇ ਸੂਬੇ ਖੈਬਰ ਪਖਤੂਨਖਵਾ ਦੇ ਕਾ ਦੇਖਦੇ ਹੋ ਤਾਂ ਅਗਰਚੇ ਕਈ ਅਜਿਹੀ ਜਗ੍ਹਾ ਹੋਣ ਜਿਸ ਦੇ ਕਾਰ ਅਸੀਂ ਹਜ਼ਾਰਾਤ ਵੀ ਕਹਿ ਸਕਦੇ ਹਾਂ ਕੁਹਾੜ ਵੀ ਕਹਿ ਸਕਦੇ ਹਾਂ ਡੇਰਾ ਇਸਮਾਇਲ ਖਾਨ ਵੀ ਕਹਿ ਸਕਦੇ ਹਾਂ ਹਰੀਪੁਰ ਵੀ ਕਹਿ ਸਕਦੇ ਹਾਂ ਅਤੇ ਪਿਸ਼ਾਵਰ ਵੀ ਕਹਿ ਸਕਦੇ ਹਾਂ ਜਿਸ ਜਗ੍ਹਾ 'ਤੇ ਅਕਸਰੀਅਤ ਦੇ ਕਾਰ ਇਹ ਜ਼ਬਾਨ ਬੋਲੀ ਜਾਂਦੀ ਇਸ ਜ਼ਬਾਨ ਦੀ ਬੁਨਿਆਦੀ ਖਾਸੀਅਤ ਇਹ ਕਿ ਇੱਕ ਕਲਚਰ ਦੇ ਨਾਲ ਵਾਬਸਤਗੀ ਅਤੇ ਉਸ ਜਗ੍ਹਾ ਦੇ ਉੱਤੇ ਇਸ ਦੇ ਹਵਾਏ ਦੇ ਨਾਲ ਜਿੰਨੀ ਤਰਵੀਜ ਹੋ ਸਕਦੀ ਜ਼ਬਾਨ ਦੇ ਅਦਬ ਦੀ ਜਾਂ ਮੁਖਤਲਿਫ ਅਸਨਾਫ ਅਦਬ ਦੀ ਉਸ ਵਾਸਤੇ ਇਸ ਨੂੰ ਸ਼ਹਿਰੀ ਮਾਹੌਲ ਚਾਹੀਦਾ ਹੈ ਅਤੇ ਇਹ ਸਾਰੇ ਉਹ ਜਗ੍ਹਾ ਹੁਣ ਜਿਸ ਜਗ੍ਹਾ 'ਤੇ ਮੈਂ ਨਾਮ ਲਿਤੇ ਕਿ ਇਸ ਜਗ੍ਹਾ 'ਤੇ ਸ਼ਹਿਰੀ ਕਲਚਰ ਹੈ ਸ਼ਹਿਰ ਦੇ ਲੋਕ ਹੈ ਉਸ ਜਗ੍ਹਾ 'ਤੇ ਤਮੱਦਨ ਹੈ ਉਸ ਜਗ੍ਹਾ 'ਤੇ ਤਹਜ਼ੀਬ ਦੀ ਬੁਨਿਆਦਾਂ ਜਿਹੜੀਆਂ ਤਾਂ ਉਸ ਜਗ੍ਹਾ 'ਤੇ ਮਜ਼ਬੂਤ ਹੋਈਆਂ ਤਾਂ ਉਸ ਜਗ੍ਹਾ 'ਤੇ ਮੌਜੂਦ ਹੈ ਤੁਹਾਡੇ ਸਵਾਲ ਦਾ ਜੇ ਦੂਸਰਾ ਹਿੱਸਾ ਹੈ ਮੈਂ ਉਸ ਤਰਫ ਆਉਣਾ ਕਿ ਵੀ ਇਹ ਕਿਉਂ ਅਸੀਂ ਦੇਖਦੇ ਹਾਂ ਕਿ ਖਤਮ ਵੀ ਹੁੰਦੀ ਹੈ ਘੱਟ ਵੀ ਹੁੰਦੀ ਹੈ ਦੇਖੀਏ ਅਗਰ ਅਸੀਂ ਇਸੇ ਕੁਲੀਏ ਨੂੰ ਉੱਥੇ ਸਾਹਮਣੇ ਰੱਖੀਏ ਕਿ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਹਕੂਮਤੀ ਸਰਪ੍ਰਸਤੀ ਮੌਜੂਦ ਹੋਵੇ ਤਾਂ ਕੋਈ ਵੀ ਜ਼ਬਾਨ ਜਿਹੜੀ ਹੁੰਦੀ ਹੈ ਉਸਦੇ ਜਿਹੜੀ ਤਰਵੀਜ ਹੁੰਦੀ ਹੈ ਉਹ ਮੁਮਕਿਨ ਹੁੰਦੀ ਹੈ ਉਹਦੀ ਸਕਾਫਤ ਮੁਮਕਿਨ ਹੁੰਦੀ ਹੈ ਕਿ ਉਸਦੇ ਘਰ ਗੁੱਸਾ ਆਵੇ ਇਸੇ ਤਰੀਕੇ ਨਾਲ ਇਸ ਜ਼ਬਾਨ ਦੇ ਉੱਤੇ ਹਕੂਮਤੀ ਸਰਪ੍ਰਸਤੀ ਮੌਜੂਦ ਨਹੀਂ ਆਈ ਇਹ ਸਿਰਫ ਡੇਢ ਸਾਲ ਹੋਇਆ ਕਿ ਸਾਨੂੰ ਦੇਖਿਆ ਕਿ ਹਕੂਮਤੀ ਸਰਪ੍ਰਸਤੀ ਸਾਨੂੰ ਮਿਲੀ ਹੈ ਜਿਸ ਨੂੰ ਅਸੀਂ ਇਨਕੋ ਜ਼ਬਾਨ ਕਹਿੰਦੇ ਹਾਂ ਅਤੇ ਗੰਦਾਰਾ ਇਨਕੋ ਅਕੈਡਮੀ ਦੀ ਸ਼ਕਲ ਕਾ ਜਿਸ ਜਗ੍ਹਾ ਤੁਸੀਂ ਮੌਜੂਦ ਹੋ ਅਤੇ ਅਸੀਂ ਤੁਹਾਡੇ ਚੈਨਲ ਜਿੰਨੇ ਵੀ ਆਬਾਬ ਜਗ੍ਹਾ 'ਤੇ ਆਏ ਨੂੰ ਸੁਣ ਅਸੀਂ ਖੈਰ ਨਾਲ ਆਏ ਹੋ ਵੀ ਕਹਿੰਦੇ ਹਾਂ ਤਾਂ ਇਹ ਪਹਿਲੀ ਉਹ ਅਕੈਡਮੀ ਹੈ ਹਕੂਮਤੀ ਸਰਪ੍ਰਸਤੀ ਇੱਕ ਆ ਕੇ ਜਿਹੜੀ ਵਜੂਦ ਦੇ ਘਰ ਆਈ ਹੈ ਇਸ ਸ਼ਾਇਦ ਸੀ ਕਥਾ ਨਜ਼ਰ ਕਿ ਦੂਸਰਿਆਂ ਜੇ ਸਾਡੇ ਇਸ ਇਲਾਕੇ ਦੇ ਘਰ ਬੋਣੇ ਵਾਲੀ ਜ਼ਬਾਨਾਂ ਆਈਆਂ ਉਸ ਨੂੰ ਹਕੂਮਤੀ ਸਰਪ੍ਰਸਤੀ ਜਿਹੜੀ ਹੈ ਤਾਂ ਸਾਡੇ ਸੀ ਬਹੁਤ ਪਹਿਲੇ ਮਿਲੀ ਹੈ ਯਾਨੀ ਤੁਸੀਂ ਕਹਿ ਲਓ ਕਮ ਅਜ਼ ਕਮ ਉਹਨਾਂ 30 ਸਾਲ ਪਹਿਲੇ ਇਹ ਜੇ ਸਰਪ੍ਰਸਤੀ ਅਤੇ ਮਿਲੀ ਹੈ ਤਾਂ ਸਾਨੇ ਆਪਣੇ ਇਸ ਬੈਨਰ ਦੇ ਉੱਤੇ ਉਹ ਜ਼ਬਾਨਾਂ ਕਿ ਜਿਹੜੀਆਂ ਸਾਡੇ ਇਸੇ ਖਿੱਤੇ ਦੇ ਨਾਲ ਤਾਲੁਕ ਰੱਖਦੀਆਂ ਹਨ ਲੇਕਿਨ ਛੋਟੀਆਂ ਜ਼ਬਾਨਾਂ ਗਰਦਾਨੀਆਂ ਜਿਹੜੀਆਂ ਉਹਨਾਂ ਦੀ ਵੀ ਜਿਹੜੀ ਸਕਾਫਤ ਹੈ ਉਹਨਾਂ ਦੀ ਤਹਿਜ਼ੀਬ ਉਹਨਾਂ ਦੇ ਜਜ਼ਬੇ ਉਸ ਨੂੰ ਵਸਾ ਦੇਣ ਵਾਸਤੇ ਸਾਡੇ ਕੋਸ਼ਿਸ਼ ਕੀਤੀ ਹੈ ਤਾਂ ਬੁਨਿਆਦੀ ਜਿਹੜਾ ਨੁਕਤਾ ਵੇ ਜਾਂ ਬੁਨਿਆਦੀ ਜਿਹੜਾ ਮਾਖਜ਼ ਹੁੰਦਾ ਕਿਸੇ ਵੀ ਜ਼ਬਾਨ ਦੀ ਤਰਵੀਜ਼ ਜੈਸੇ ਉਹ ਇਹ ਹੁੰਦਾ ਕਿ ਉਹ ਜਗ੍ਹਾ 'ਤੇ ਹਕੂਮਤੀ ਸਰਪ੍ਰਸਤੀ ਇਨ ਦਾ ਫਾਰਮ ਆਫ ਤੁਸੀਂ ਫਾਈਨੈਂਸਿਸ ਕਹਿ ਸਕਦੇ ਹੋ ਜਾਂ ਲੌਜਿਸਟਿਕ ਕਹਿ ਸਕਦੇ ਹੋ ਮੌਜੂਦ ਹੈਵੇ ਕਿ ਨਹੀਂ ਗੀ ਅਗਰ ਉਹ ਹੈਵੇ ਤਾਂ ਯਕੀਨਨ ਉਸ ਜਗ੍ਹਾ ਉੱਤੇ ਤਰਵੀਜ਼ ਹੋ ਸੀ ਜਿਸ ਹੱਦ ਤੱਕ
عوامی سطح تے اس زبان دے نال تعلق دی گل ہے اپنی اگلی نسل تک اس زبان دا ادب اس زبان دے صرف نہ ہو یا اس زبان دی کہانیاں اس زبان دا کلچر پہنچانے دا تعلق ہے تہاڈی گل بالکل 100% ٹھیک ہے تو جناب اسی بھی اتفاق کرنے ہیں لیکن آیا کوئی اگر بیماری آ جاندی ہے جی آ جی کوئی موقع آ جاندا ہے تو اس نو حل کس طرح کیتا جاندا ہے اس سے یقیناً سوچ بچار ہوندی ہے اس سے ایک لائے عمل مرتب ہوندا ہے اس لائے عمل کے مطابق ایک سفر شروع کیتا جاندا ہے جا اپنی منزل یا ہدف مقرر کر کے اس نو حاصل کرنے کی کوشش کیتی جاندی ہے بے نہیں ایو ہی طریقہ ہوئے اس وقت کہ جی اسی اپنے دانش تے کار اپنے اس حلقے دے کل کوشش پہ کرنے ہیں اس دے نتائج سی اسی مبرہ ہاں اس سے کہ اگر ابابیل ایک قطرہ پانی نے چکے تے گلزار بنانے کی کوشش کر دی اس اگنوں کے جس نو نمرود نے مہینہ تک لکڑیاں لا کے تو اس نو ساڑایا تو اس نو بالایا مگر اس دے اتے جڑی ذمہ داری اس نے اس ذمہ داری نو ادا کیتا ہے اسی طریقے نال اسی بھی مکلف ہاں اس شے دے اتے کہ ساڑی اندر جتنے اگر محنت ہو سکتی ہے اس سوائے دے نال تو اسی کریں تے انشاءاللہ اسی کرنے پئے ہاں ਅਸੀਂ ਅਮੂਮਨ ਦੇਖਦੇ ਹਾਂ ਅੱਜ ਕੱਲ੍ਹ ਜਿੰਨੇ ਵੀ ਲੋਕ ਆਪਣਾ ਮਾਡਰਨ ਕਹਿੰਦੇ ਨੇ ਇੱਕ ਅਫਸੋਸ ਦੀ ਗੱਲ ਹੈ ਕਿ ਆਪਣੀ ਜਿਹੜੀ ਮਾਦਰੀ ਜ਼ਬਾਨ ਹੈ ਉਹ ਛੋੜ ਦਿੰਦੇ ਨੇ ਚਾਹੇ ਉਹ ਪਸ਼ਤੋ ਹੋਵੇ ਜਾਂ ਹਿੰਦਕੋ ਹੋਵੇ ਕਿਸ ਹੱਦ ਤੱਕ ਇਹ ਗੱਲਾਂ ਵੀ ਕਿਸੇ ਵੀ ਜ਼ਬਾਨ ਨੂੰ ਨੁਕਸਾਨ ਪਹੁੰਚਾਉਂਦੀਆਂ دیکھو جی انتہائی اہم نقطہ وے سوائے دینا کہ اسی صرف اس شخص نو عالم سمجھنا یا اس شخص نو تعلیم یافتہ سمجھنا کہ جڑا انگریزی بول سکتا ہوئے اردو بولنے والے بھی شاید اسی اس علمی اعتبار دینا یا علمی کسوٹی دے اتنے پرکھتے ہوئے شاید اس نے اسی کہنے کہ تو پیچھے ہو جا دیکھو زبان کوئی بھی ہوئے اس دے بولنے والا اس زبان دی بنیاد تے عالم یا غیر عالم قرار نہیں دیتا جا سکتا البتہ اے ضرور ہے کہ اس زبان دے نال محبت پیدا کرنا او فہم او ادراک او آگہی پیدا کرنا کہ جی تہاڈی زبان ہے اس دا کلچر تہاڈا وے اے تہاڈی نسل دی ذمہ داری ہے کہ تو اس نوں بولے اگر تسی نہ بول سو تو ظاہر ہے کہ ایک نسل یا دو نسلوں بعد یا بہت بھی زیادہ اسی تیسری نسل سی بعد تہاڈی زبان جڑی ہے تا اے بالکل ختم ہو جاسی اے درد اے کسک تے اے جڑی اے جڑی ایک استراب ہوندا ہے نا اے پیدا کرنا معاشرے کارے بہت ضروری ہوندا ہے تے بالفرض اگر اے ہو جاندا وے تے انشاءاللہ ہو گیا وے اس تے کوئی شک نہیں ہے کہ ساڈا او طبقہ کہ جڑا علمی سطح دے اوتے اسی اس نو کہہ سکنے کہ تعلیم یافتہ طبقہ وے اس نو شاید بالکل احساس ہے وے کہ ساڈی اے زبان جڑی ہے اے ساڈی ہے اے کسی غیر دی نہیں ہے اس سے کم کرنا ساڈا سانے کم کرنا وے اس نو اگلے نسل تک پہنچانا اے ساڈا پہنچانا وے اس جیسے جڑا ادبی پس منظر جڑا کتاباں دی صورت دے کار یا تسی کہہ لو اسباق دی نصاب دی صورت دے کار موجود ہونا چاہیے اس دی ذمہ داری ساڈی اکیڈمی نے لیتی ہے تو انشاءاللہ اس واسطے اسی کم پہ کرنے تے بہت اسی پر امید ہاں کہ انشاءاللہ العزیز اگر اے محنت اللہ رب العزت دی بارگاہ دے کا قبول ہوندی ہے تے آئندہ نسل جڑی ہے تے بالخصوص ساڈی جڑی آڑے لئی نسل ہون اس ان کو بولنے لیے بھی ہو سن ان کو لکھنے لیے بھی ہو سن اسی روایت نہ سوچ سن بھی فکر بھی کر سن تخلیق و ترویج جتنے بھی کاموں نو کر سن ڈاکٹر صاحب بہت شکریہ تو سونا کہ ڈاکٹر صاحب نے بڑے اچھے طریقے نال تے بڑے اچھے الفاظ دے کار بڑے حد تک کلیئر کر چھوڑا کہ کی وجوہات ہیں اس زبان دی ہسٹری کس طرح آئی اس زبان اس جگہ تک کس طرح پہنچی ہے تے کس طرح دے چیلنجز دا سامنا ہوئے اس زبان نو تے کس طرح کنٹرول کر سن سارا اس جگہ دے کار سید گلانی صاحب موجود ہیں انہاں نال گل کرنے آ سر بہت شکریہ تے سانو ٹائم دیتا ہے کہ کیسو جڑی ساڈی ہند کو ادب ہے وہ بھی بڑی حد تک انہوں بھی نقصان ہویا ہے وہ بھی ڈیمیج ہوئی ہے اس دی تہاڈے خیال کار وجوہات کے ون تے اس وجوہات نو ختم کرنے طریقہ کار کیوں سی پہلی وجہ میرے نقطہ نظر لسانی تعصب ہے ہند کو نال جڑا لسانی تعصب ہویا کسی اور زبان دا بھی نام میں نہیں لینا تو اس دی وجہ نال پھر ایک جملہ جڑا ہے وہ سارے درمیان بڑی نفرتاں پھیلا گیا داہو خارد ہے اس جملے نے سارے درمیان تک پٹھان اور ہندگوان تقسیم کر دیتا ہے اور پھر اسی لسانی تعصب کے تحت ہندگو کا مذاق اڑایا گیا بولنے والوں کا نتیجہ ہوا کہ لوگوں نے کچھ لوگوں نے شرمانا شروع کر دیا انہوں نے شرما کے اپنی زبان بولنی بند کر دیتی پھر رفتہ رفتہ وہ لوگ آئے جڑے پشاور کے اتنے قابض ہو گئے آ کے افغانستان سے آئے کدھر آئے اتنے زبان جڑی مخلوط ہو گئی ہے وہ مخلوط ہونے سے بعد جڑا مسئلہ سانو درپیش ہویا وہ کار کچھ نہیں ہندکو چ اردو بڑھ گئی ہے ہندکو چ انگریزی بڑھ گئی ہے پشتو چ اردو بڑھ گئی ہے پشتو چ انگریزی بڑھ گئی ہے اس زبان کا اپنا کوئی وجود نہیں رہا اور جڑے سارے ہندکون ہے جنہوں ہندکو بان کہتے ہیں ڈاکٹر صاحب نے بڑا خوبصورت اور پڑھے لکھے انہوں نے بڑا خوبصورت انداز تشریح کیتی ہے کہ سارے گھروں کے اچکار اج تھی دیکھ لو ماں بھی ان پڑھے پیو بھی ان پڑھے تو پتر ماں نو ماما پیو نو پاپا کہتا ہے وہ اپنی زبان بھول گئے اسی تسی میرے گھر تشریف لے آؤ دیکھ دو میرے پوترے میری بیوی میرے بچے میری تیاں سب ان کو بول دیا اگر وہ ان کو نہ بولوں تو میں انہوں نے ڈانٹ دینا کہ یار تسی اپنی زبان کیوں نہیں بول سائنس تو اپنی زبان تھی شرمانا شروع کر دیتا ہے
اور دوسرے علاقے ہزارے کا تذکرہ انہوں نے کیتا ہے، انہوں نے اپنی زبان نہیں بھولی۔ اج بھی تسی دیکھ لو کہ ہزارے جس گھر تسی جاسو تانوں ہند کو مل سی بول دے۔ گلانی صاحب، تو نے ایک بڑے شہر ہے آفاق، تسی نامہ نگار رہے ہو، تو نے کافی گانے بھی لکھے ہون، تو نے ایک اپنا نام کمایا ہے، تو ایک پشوری ہو کے تو نے اگے اپنا آپ کنٹینیو کیتا ہے، کہ کیسو کہ وجہ ہے کہ ہوں اس طرح دا کم جڑا ہے نینگا، یا شاید ساڑے پشور دی صرف ویکی ان کو فلم بڑی تو اس بعد کنٹینیو بھی نہیں ہو سکا، نہ فلماں بن سکی، اور ڈرامے بھی صرف ان کو دا ایک پورشن ہوتا ہے، اسی اکثر دیکھنے ہونے یا پی ٹی وی چلتا ہوتا ہے، اس بعد نہ میڈیا تے انہوں سپیس مل سکا، تو نہ لوگوں نے اس جگہ دے اس زبان نو اپنا سمجھا۔ ایک فلم غالباً بدماش شروع ہوئی، وہ نذیر پٹی صاحب نے کی تھی، جی تکمیل تک نہیں پہنچی، اور ایک فلم قتیل صاحب نے بنائی سی قصہ خانی، اور اتفاق نال میرے استاد محترم فاروق بخاری صاحب نے وہ کہانی لکھی سی، جی انتہائی بری کہانی سی، اس ویلے بھی انہوں نے منع کیا سی، اج بھی کہنا میں اس فلم میں اسسٹنٹ بھی سی ایم اے رشید دا، وہ فلم انتہائی بے تکی فلم، وہ نہ زمان سی نہ مکان سی، اس وجہ اگر وہ زمان و مکان وہ صحیح ہوں اور وہ فلم صحیح انداز بڑھائی جاتی تو کوئی وجہ نہیں کہ وہ فلم کلک نہ کرتی۔ اسے کلک نہ کرنے کی وجہ ہے کہ تاجہ بدماش کسی دور ہی آیا، مجلے وال کسی دور ہی آیا، دوا کسی دور ہی آیا، انہوں نے سارے اکٹھا کرنے کی کوشش کی تھی، کس طرح ہو سکتا ہے اگر وہ فلم چل جاتی تو شاید اور فلمیں بن دی، بالکل ڈیفینیٹ بن دیا، نہ بننے کا کوئی سوال ہی نہیں آیا، سستا زمانہ آیا، سستی فلم بن دی، وہ معجبین غزل باش ہیروئن آئی، تو اے آر جلال جڑا اج میرا کالج فیلو بھی ہے، ہومیوپیتھک کا ڈاکٹر ہے، وہ ہیرو آیا، سلطان رائی صاحب اللہ انہوں مغفرت کرے، وہ آیا۔ ڈرامہ دے کر کے مسئلہ آ گیا کہ ڈرامہ بھی ان کو تو ختم ہو گیا، وہ جگہ نہیں گی، اس اکثر دیکھنے چھوٹے چھوٹے ڈرامے ہوں، چھوٹے چھوٹے کلپ بن دے، فنی کلپ ہوں، لیکن اپنی جگہ بڑھائے رکھ دے تو ان کو زبان نو چلائے رکھ دے، وجہ ہے کہ سوچ دا انداز ہے، پھر پی ٹی وی دی بھی کوئی پالیسی ایسی ہے کہ اتنے کوئی جیدار پروڈیوسر نہیں آتا جڑا کہے میں ڈرامہ بنانا ہے، اس جیدار پروڈیوسر کوئی نہیں گا، اگر کوئی انکون پروڈیوسر آیا بھی مثلا مجاہد بن سید میرے عزیز نے، وہ آئے انہوں نے بھی کچھ نہیں کیتا، ہوں موجودہ ڈرامہ اتھے کوئی نہیں، پھر اسلام آباد والے نے تک میرے خیال ہے کتنا ٹائم کٹ دیتا ہے جو پشور دا آیا، اور اورنگزیب افریدی نے ایک دو دفعہ گفتگو ہوئی ہے، وہ پٹھان ہونے کے باوجود ان کو لور آدمی ہے، انہیں من کیا کہ جی تھوڑا ٹائم کٹ لیتا اسی ان کو انہوں کتنے لے جائیے، ڈاکٹر صاحب نے بھی ایک پروگرام کرتے رہے اینکر دی حیثیت، وہ پروگرام بھی بند ہو گیا کیونکہ کچھ مخالفت میں نے پہلے ایک لفظ کیا سی لسانی تعصب، اور لسانی تعصب کی وجہ ہے کہ جڑے بڑے اقتدار لوگ نے انہوں کی اپنی زبان ان کو نہیں گی، یا وہ کچی جی انگریزی بول دیں تو یا وہ پکی پشتو بول دیں، ان کو وال اگے نہیں آئے اس وجہ سے ان کو زبان میں نقصان ہو، بالکل ان کو مان اگر اگے آندے اور اگر جڑے آئے اور کچھ کوشش کر دے، میرے خیال اللہ مغفرت کرے آج علیم جان آیا، انہیں بڑی کوشش کی تھی ان کو اسے ان کو گندھارا ان کو اکیڈمی والے ضیاء الدین صاحب، ڈاکٹر عدنان صاحب، ڈاکٹر صلاح الدین صاحب، میں انہوں نے ان کو دیوانے کہنا کہ دن رات لگے اس کوشش، لیکن تا اکٹھے ہو سکتے ہیں کہ ہزارہ اور پشاور اکٹھے ہوں، تو دیکھ لو نا اتنے بھی آپ نے ایک سمجھ، ایک سمجھ اتنے کیٹو ہے، انہوں نے گلی گلی پروگرام کر کے اپنے آپ منوا لیتا ہے، پاویں تھی منو نہ منو، میں کہتا ہوں انہوں نے اپنے آپ منوا لیتا ہے، اسی اپنے آپ 200 کتاب چھاپ کے بھی اللہ تک نہیں منوا سکے۔ بالکل بڑا اچھا طریقے ایکسپلین کیا گرانی صاحب نے کہ جس طرح دے ہندکوان لوگ ہیں انہوں نے زبان نو اپنا نہیں سمجھا، تو جب تک وہ زبان نو اپنا سمجھ کے اگے قدم نہ چکسن، زبان سے کم نہ کرن، تو کچھ بھی نہ ہو سکتا۔ ادھر وسیم شاہد صاحب موجود نے، وسیم صاحب کہ کیسو جی یہ زبان ہے انہوں اپنا سمجھنے والے لوگ کیوں بالکل چپ کر کے بیٹھ گئے ہیں، گونگے بہرے ہو گئے ہیں، تو زبان کی جی زبوحالی ہے اس سے بھی خاموش ہے؟ سب سے پہلے تھوڑا شکریہ ہندکو اکیڈمی، تھی آئے ہو ساڑے کو ایک ٹھیک ٹھاک ریکارڈ ہے اس حوالے دے نال، اور اس طرح ہے کہ ساڑے جڑے مقامی لوگ ہے جڑے ساڑے آبا و اجداد ہے وہ تو ماشاء اللہ بہت بڑے دل والے بھی ہے، عمل والے بھی ہے، اور انہاں لوگوں کے بچ ایک اپنی شناخت پہچان بھی آئی، صرف یہ کہ اسی بات گزشتہ 20-25 سال میں اگر جی دیکھنے تو جڑی نئی جنریشن آئی ہے اور پرائیویٹ تعلیمی ادارے آ گئے، فرض کی طرح گفتگو ہو گئی ہے، اور ٹریک جڑا تھا ان کو دی بجائے اردو وال کنورٹ ہو گیا، اردو سی جس طرح ساڑھے صلاح الدین صاحب نے گل کی تھی انگلش وال ہو گئے، اسی وجہ نہ ساری زبان تھوڑی جی متاثر ہو رہی ہے، لیکن اس نال یہ بھی ہے کہ اسی گزشتہ 23 سالاں سے ایک دوسری جڑی کوششاں کرتے چلے آ رہے ہیں، اور اج 23 سالہ کوششاں دے نتیجے دے وچ ان کو اکیڈمی کھلوتے ہیں، تو اس دے وچ یقیناً بہت بڑی ایک تاریخ بھی ہے، خدمات بھی ہوں، جذبے بھی ہوں،
और इन्हों लोगों ने मतलब बहुत सा इस सिलसिले जो भी काम किया है और बहुत सारी हिस्ट्री मुरतब की है, बहुत सारी सकाफत में यकजा किया ने और यकीनन ये साड़ा सरमाया भी है जरा मुस्तकबिल साढ़े से मतलब एक असासा भी हो सी, सेफ भी हो सी और साढ़े आबाओ अजदाद माशाल्लाह सब कुछ कर दे आए, साढ़े को वरायटी आई, साढ़े को अच्छे लोग आए और सिर्फ ये कि कुछ लोगों की गैर जिम्मेदारी की वजह ने इस जुबान थोड़ा जहा नुकसान अगर पहुँचा है, लेकिन गंधारा इनको बोर्ड इंशाल्लाह अज़ीज़ उसको कवर करने की ना सिर्फ कोशिश करी है बल्कि किसी मैं समझना कि कोई मौका और कोई महल ऐसा मौका नहीं जाने दें कि असी इस शहर इस काम कहते पे गंधारा इनको बोर्ड हुकूमत ने एक स्टेप चुका वे, हुकूमत ने सपोर्ट किया वे, इसी कोई इनकार नहीं गा, लेकिन जड़ा इनको बोलने वाला बंदा वे वो भी तो कोई जिम्मेदारी रख दे ना, उसकी भी जिम्मेदारी है जी कार दे कार माँ होंगी है, अमूमन लोग कहते हैं कि माँ की गोद पहली दरसगाह होती है, उस दरसगाह दे कार उस बच्चे नू कुटी दे कार इनको जबान कौन देसी, तुसी ये की कह सकते असल जिसे कि ये जू जू तालीम आई है तो साढ़े हाँ वो थोड़ी रवायात भी साड़ी बदल दी गई है, दूसरी गल कि जेडे यानी दूसरी जनरेशन आई है उसी वजह नाल और तालीम और इस शहर की वजह नाल साड़ी जुबान नू काज नू थोड़ा जा वो मुतासर होया, उसी वजह है कि असी लोग ज़्यादा शर्माने हैं अपनी जुबान बोलने से, अपनी जुबान से नफरत क्यों करने हैं, अपनी जुबान तो शर्माने हैं, अपनी जुबान बोलने आपू कम तर समझने, यानी मेरा मतलब है कि बाज़ लोगों का इस वजह नाल भी इनको जुबान नाल वाबस्तगी कम हो रही है कि वो अपने आप में इस समझ लें कि मैं हकीर कहलासा, मेरा मुआशरे मकाम कम हो सी, हालांकि सानू तो अपनी जुबान पर फख्र होना चाहिए, साने तो लोरियाँ हिनको जुबान ही सुनी हैं, अगर साने हिनको जुबानी लोरी सुनी है, माँ साड़ी ने सानू लोरी हिनको जुबानी, तो मैं वो बोल दिया क्यों शर्माने, मैं उसे से कम कर दिया क्यों शर्माना, और मनु क्यों शर्म आँदी है अपनी ये जुबान की तरवीज से, मनु क्यों शर्म आँदी है इस जुबान के बोलने से, बल्कि ये जज्बा होना चाहिए कि असी असर इनो एक बार फिर नवे जज्बे के नाल नवे शौक के नाल इस मिशन को आगे बढ़ाइए कि हूँ साने एक बार फिर झंडा लहराएं और इस जुबान को आगे लियाने, दूसरी जिस तरह जुबान तरक्की कर रही हैं और असी भी अल्हम्दुलिल्लाह एक इनको जबान भी लैके चुरी हैं, गल सुनिए कि बड़े तरीके नाल त्रैणो साहिबान ने अच्छे अंदाज नाल जबान के बारे गल की है, जबान के मसाइल के बारे गल की, जबान का इस वक्त जो स्टेटस है वो भी बताया वे, असी प्रोग्राम के कार अगे और भी इस बारे गल कर सी, इस वक्त प्रोग्राम एक छोटी जी ब्रेक लैने तुम साढ़े नाल रहो। मेरा सोहना शहर पिशोर नी, इस जिया न कोई होर नी, इत्थे शाह कबूल दा डेरा वे ते शेख जुनैब दा वेड़ा वे, पंज पीरां दे मिजोर नी, मेरा सोहना शहर पिशोर नी, करे टंग टंग कैंटा कार नी, दसे वेले दी रफ्तार नी, इस गलते कर ले गौर नी, मेरा सोहना शहर पिशोर नी, इत्थे किस्सा खान भी आंदे आए ते प्यार दे किस्से छोंदे आए, कावे दे चलदे दौर नी, मेरा सोहना शहर पिशोर नी, इनू लुटिया वे अग्यारा ने बदेसिया ने खरकारा ने, सानू लुट के लै गए चोर नी, मेरा सोहना शहर पिशोर नी, असी अपना आप गुमा बैठे, माँ बोली नू भुला बैठे, तद हो गए या कमजोर नी, मेरा सोहना शहर पिशोर नी। वाह, सिकंदर हयात सिकंदर साहब का एक कलाम है, तुमने सोहना पिशोर के बारे शायद इस तरह का किसी और ने लिखा ही ना हो, बड़ा अच्छे तरीके साढ़े पिशोर उन्होंने एक्सप्लेन किया, सिकंदर साहब बहुत शुक्रिया तुमने सानू टाइम दिता है, कि कैसो अजकल जी पिशोर के कार इनको जबान का एक जवाल असू कह सकते हैं वो शुरू है, इसकी वजूहत थोड़े नज़दीक के वन तो उस वजूहत को ख़त्म करने वास्ते तुम के हल तजवीज़ कर सो। सर जी ये तो तुम जानते हो कि जिस टाइम के अलगार हो अगवान मजरीन आएन और इस तरह एक पुश्तो की अलगार हो तो साढ़े इतने जड़ा साड़ी जुबान का जरा जवाल शुरू होना शुरू हो गया, इस अलावा साढ़े इतने पिशोर के जड़े पिशोरी लोग है इन्होंने अपने घर वेच के शहर से बाहर चले गए, क्योंकि शहर से बाहर चले गए हूँ ऐतबाद चले गए गुलबार चले गए, अंदरूनी शहर इन्हों की किल्लत हो गई है और लोगों ने कार खरीद लेते हूँ उन्होंने अक्सरियत हो गई है, जिस टाइम कि असी अकली हो गए हैं तो साड़ी जुबान का जवाब शुरू हो गया। कहना चाहते कि जोड़े सारे शे पिशोरी है वो एक साथ रेंदे तद तक तो जबान ठीक है, जब ये बिखर गए नहीं दूसरे दूर हो गए तो मसला आ गया। जी बिल्कुल, असं बिखर गए अपनी सकाफत से दूर हो गए हैं, अपने जो सा रवाज है रस्म रवाज है सबसे दूर हो गए हैं, तो साड़ी जुबान का सवाल भी शुरू हो गए। एक पिशोर जो मुहला हों उस घर सारे रेंदे आप गल कर दे कहते बिखर गए, लेकिन एक कार दे कार जो 10-15 या 20 लोग रेंदे वो जो इनको नहीं बोलते तो उसकी क्या वजूहत? सर जी इसका मसला हो जिस टाइम के
ਸਾਡੇ ਦੇ ਯਲਗਾਰ ਹੋਈ ਹੈ ਅਤੇ ਫਿਰ ਇੱਕ ਸਾਡੇ ਇੱਥੇ ਅੰਦਰ ਇੱਕ ਮਾਜ਼ਰਤ ਖਾਨਾ ਰਵੱਈਆ ਪੈਦਾ ਹੋ ਗਿਆ ਹੈ, ਜਿਸ ਦੀ ਵਜ੍ਹਾ ਅਸੀਂ ਇਨਕੋ ਬੋਲਣ 'ਤੇ ਸ਼ਰਮਾਉਣ ਲੱਗ ਪਏ ਹਾਂ। ਔਰ ਇਨਕੋ ਬੋਲਣ ਦੇ ਉਸਦੀ ਬੁਨਿਆਦ 'ਤੇ ਜਿਹੜਾ ਤਾਂ ਫਿਰ ਕਾਰਾਂ ਦੇ ਵਿੱਚ ਲੋਕਾਂ ਨੇ ਉਰਦੂ ਸ਼ੁਰੂ ਕਰ ਦਿੱਤੀ ਹੈ, ਹੋਰ ਜ਼ਬਾਨਾਂ ਸ਼ੁਰੂ ਕਰ ਦਿੱਤੀਆਂ, ਇਹ ਸਵਾਲ ਹੈ। ਤਾਂ ਕਾਰਜ ਅਕਸਰ ਜਿਹੜੇ ਸਾਡੀਆਂ ਇੱਕ ਤਾਲੀਮ ਯਾਫਤਾ ਮਾਵਾਂ ਜਿਹੜੀਆਂ ਹਨ, ਇੱਕ ਇਹ ਬੜਾ ਇੱਕ ਸਾਡਾ ਅਲਮੀਆ ਵੇ ਕਿ ਜਿਹੜੀ ਅਨਪੜ੍ਹ ਮਾਂ ਵੇ ਸਾਡੇ ਪਿਸ਼ੋਰ ਦੀ ਅਨਪੜ੍ਹ ਮਾਂ, ਉਹ ਤਾਂ ਆਪਣੇ ਬੱਚਿਆਂ ਨੂੰ ਇਨਕੋ ਬੋਲਦੀ ਹੈ, ਲੇਕਿਨ ਜਿਹੜੀ ਪੜ੍ਹੀ ਲਿਖੀ ਮਾਂ ਵੇ ਥੋੜ੍ਹੀ ਜਿਹੀ ਜਿਹੜੀ ਪੜ੍ਹ ਜਾਂਦੀ ਹੈ ਤਾਂ ਉਹ ਹਿੰਦੂ ਆਪਣੀ ਜ਼ਬਾਨ ਨੂੰ ਕਮ ਤੱਕ ਕਦੇ ਛੋੜ ਦਿੰਦੀ ਹੈ ਤਾਂ ਉਹ ਬੱਚਿਆਂ ਨੂੰ ਉਰਦੂ ਬੋਲਣਾ ਸ਼ੁਰੂ ਕਰਦੀ ਹੈ। ਇਹ ਸਾਡੀ ਜ਼ਬਾਨ ਦਾ ਅਲਮੀਆ ਅਤੇ ਜ਼ਵਾਲ ਹੈ। ਸਿਕੰਦਰ ਸਾਹਿਬ ਨੇ ਬੜਾ ਅੱਛੇ ਅੰਦਾਜ਼ ਨਾਲ ਗੱਲ ਕੀਤੀ ਹੈ ਕਿ ਜਿਹੜੀ ਨੂੰ ਅਸੀਂ ਅਨਪੜ੍ਹ ਮਾਵਾਂ ਕਹਿੰਦੇ ਹਾਂ, ਅਗੂਮਨ ਲੋਕ ਅਨਪੜ੍ਹ ਕਹਿੰਦੇ ਨੇ, ਉਹਨਾਂ ਨੇ ਜ਼ਬਾਨ ਨੂੰ ਨੁਕਸਾਨ ਨਹੀਂ ਦਿੱਤਾ, ਉਹਨਾਂ ਨੇ ਜ਼ਬਾਨ ਨੂੰ ਹੋਰ ਵੀ ਦਵਾਮ ਦਿੱਤਾ, ਲੇਕਿਨ ਜਿਹੜੀ ਪੜ੍ਹੀ ਲਿਖੀ ਹੋਣ ਜਿਹੜੀ ਅਮੂਮਨ ਲੋਕ ਉਹਨੂੰ ਤਾਲੀਮ ਯਾਫਤਾ ਕਹਿੰਦੇ ਨੇ, ਉਹਨਾਂ ਨੇ ਇਸ ਜ਼ਬਾਨ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਦਿੱਤਾ ਹੋਵੇ ਅਤੇ ਉਹ ਕਾਰ ਦੇ ਕਾਰ ਅੰਗਰੇਜ਼ੀ ਅਤੇ ਉਰਦੂ ਨੂੰ ਲੈ ਕੇ ਆਈਆਂ। ਸਾਡੇ ਨਾਲ ਸਰਦੀ ਸਾਹਿਬ ਮੌਜੂਦ ਹਨ। ਸਰਦੀ ਸਾਹਿਬ, ਤੁਸੀਂ ਇਨਕੋ ਜ਼ਬਾਨ ਦੇ ਬਾਰੇ ਦੇ ਕਾਰ ਅਗਰ ਆਪਣਾ ਕਲਾਮ ਪੇਸ਼ ਕਰਨਾ ਚਾਹੋ ਤਾਂ ਸਾਡੇ ਦੇਖਣ ਸੁਣ ਸਕਣ ਤਾਂ ਬੜਾ ਅੱਛਾ ਹੋ ਜਾਵੇ। ਮੈਂ ਅਰਜ਼ ਕਰਨਾ ਇਨਕੋ ਇੱਕ ਸ਼ੀਰੀਨ ਜ਼ਬਾਨ, ਸਦੀਆਂ ਸੀ ਇਸ ਦੇ ਦੌਰਾਨ ਮਾਜ਼ੀ ਮੁਸਤਕਬਲ ਅਤੇ ਹਾਲ, ਹਰ ਦੌਰ ਇਸਦਾ ਆਲੀਸ਼ਾਨ, ਕਈ ਸ਼ਗੁਫਤਾ ਲਹਿਜੇ ਇਸਦੇ, ਹਰ ਲਹਿਜੇ ਦੀ ਵੱਖਰੀ ਸ਼ਾਨ, ਬੋਲੋ ਨਰਮ ਤਾਂ ਮੋਜੇ ਨਸੀਮ, ਬੋਲੋ ਸਖਤ ਤਾਂ ਇੱਕ ਤੂਫਾਨ। ਹੁਣ ਵੀ ਵਕਤ ਹੀ ਮੀਆਂ ਪਿਛੋਰੀ ਸੋਚ ਲਿਆ ਆਪਣਾ ਸੂਰ ਜਿਆਨ, ਇਨਕੋ ਇੱਕ ਸ਼ੀਰੀਨ ਜ਼ਬਾਨ, ਸਦੀਆਂ ਸੀ ਇਸ ਦੇ ਦੌਰਾਨ ਮਾਜ਼ੀ ਮੁਸਤਕਬਲ ਅਤੇ ਹਾਲ, ਹਰ ਦੌਰ ਇਸਦਾ ਆਲੀਸ਼ਾਨ, ਕਈ ਸ਼ਗੁਫਤਾ ਲਹਿਜੇ ਇਸਦੇ, ਹਰ ਲਹਿਜੇ ਦੀ ਵੱਖਰੀ ਸ਼ਾਨ। ਸਾਜਾ ਸਾਹਿਬ, ਬੜਾ ਅੱਛਾ ਕਲਾਮ ਹੈ, ਲੇਕਿਨ ਇਸ ਸ਼ੀਰੀਨ ਜ਼ਬਾਨ ਨੂੰ ਸ਼ੀਰੀਨ ਰੱਖਣ ਵਾਸਤੇ ਕਿਸ ਨੇ ਸਭ ਤੋਂ ਅਹਿਮ ਕਿਰਦਾਰ ਅਦਾ ਕਰਨਾ, ਤੁਸੀਂ ਕੀ ਕਹਿੰਦੇ? ਗੁਜ਼ਾਰਿਸ਼ ਇਹ ਹੈ ਕਿ ਕਿਸੇ ਵਕਤ ਤਾਂ ਇਸ ਜ਼ਬਾਨ ਦਾ ਬੜਾ ਅਰੂਜ ਆਇਆ, ਜਦ ਕਿ ਪਿਸ਼ਾਵਰੀ ਲੋਕ ਅਕਸਰੀਅਤ ਦੇ ਵਿੱਚ ਆਏ, ਉਹ ਬਾਹਰ ਦੇ ਵਿੱਚ ਮਤਲਬ ਕੋਈ ਤਾਂ ਆਪਣੀਆਂ ਜਾਇਦਾਦਾਂ ਵਜ਼ਾਦਾਂ ਵੇਚ ਕੇ ਬਾਹਰ ਦੇ ਇਲਾਕਿਆਂ ਚਲੇ ਗਏ। ਦੂਸਰਾ ਇਹ ਕਿ ਇਸ ਜ਼ਬਾਨ ਦੇ ਉੱਤੇ ਤਾਂ ਇਤਨਾ ਅਸਰ ਪਿਆ ਕਿ ਦੂਸਰੀਆਂ ਕੌਮਾਂ ਆਈਆਂ ਔਰ ਉਹਨਾਂ ਦੇ ਮਤਲਬ ਕਿ ਉਹਨਾਂ ਦੀ ਉਹਨਾਂ ਦੇ ਮਾਸ਼ਰੇ ਦੇ ਵਿੱਚ ਜ਼ਬਾਨਾਂ ਜੋ ਬੋਲਦੇ ਰਹੇ, ਇਸ ਵਾਸਤੇ ਇਨਕੋ ਜ਼ਬਾਨ ਜਿਹੜੀ ਹੈ ਤੋਂ ਦੱਬ ਗਈ ਹੈ। ਇੱਕ ਤਾਂ ਇਹਦੇ ਬੋਲਣੇ ਵਾਲੇ ਥੋੜ੍ਹੇ ਰਹਿ ਗਏ, ਦੂਸਰਾ ਮਤਲਬ ਹੈ ਕਿ ਇਹਦੇ ਉੱਤੇ ਤਵੱਜਾ ਨਹੀਂ ਦਿੱਤੀ ਗਈ, ਦੂਸਰੀਆਂ ਜ਼ਬਾਨਾਂ ਆ ਵੀ ਆ ਗਈਆਂ, ਖਾਲੋਬ ਆ ਗਈਆਂ ਇਸ ਜ਼ਬਾਨ ਦੇ ਉੱਤੇ, ਇਨਕੋ ਜ਼ਬਾਨ ਦੇ ਉੱਤੇ। ਵੈਸੇ ਕਦੀਮ ਜ਼ਬਾਨ ਹੈ ਔਰ ਸ਼ੀਰੀਨ ਜ਼ਬਾਨ ਹੈ, ਸਦੀਆਂ ਸੀ ਇਹਦਾ ਕਈ 6000 ਇੱਕ ਛੇ ਹਜ਼ਾਰ ਸਾਲ ਸੀ ਇਹ ਜ਼ਬਾਨ ਰਵਾਨ ਹੈ, ਔਰ ਕਈ ਮਤਲਬ ਕਿ ਨਾਲੋਂ ਨਾਲ ਇਹ ਬਦਲਦੇ ਰਹੇ ਨਹੀਂ ਦੇ ਲੈ ਜੇ, ਹੁਣ ਵੀ ਇਹ ਜਿਹੜਾ ਤਾਂ ਕਈ ਇਲਾਕਿਆਂ ਦੇ ਵਿੱਚ ਅਟਕ ਦੇ ਨਾਲ ਨਾਲ ਕਈ ਇਲਾਕੇ ਨੇ ਐਸੇ ਜਿਨ੍ਹਾਂ ਦੇ ਵਿੱਚ ਇਹ ਬੋਲੀ ਜਾਂਦੀ ਹੈ, ਉੱਤੇ ਵੀ ਕੁਆਟ ਹੈ, ਬੰਨੂ ਵਗੈਰਾ, ਇਹਨਾਂ ਡੇਰਾ ਇਸਮਾਇਲ ਖਾਨ ਇਹਨਾਂ, ਲੇਕਿਨ ਲਹਿਜੇ ਉਹਨਾਂ ਦੇ ਬਦਲਦੇ ਰਹਿਣ। ਇਹ ਤਾਂ ਮਰਕਜ਼ ਹੈ ਪਿਸ਼ਾਵਰ, ਜਿਹੜੀ ਇਨਕੋ ਅਸੀਂ ਲੋਕ ਬੋਲਦੇ ਹਾਂ ਇਹ ਸਹੀ ਮਤਲਬ ਮੁਸਤੰਦ ਇਨਕੋ ਹੈ, ਇਹ ਜਿਹੜੀ ਬੋਲੀ ਜਾਂਦੀ ਹੈ ਇਹਨਾਂ ਦਾ, ਇਹਦਾ ਬੜਾ ਮਿਆਰ ਹੈ। ਅਜੇ ਸਾਹਿਬ, ਤੁਸੀਂ ਥੋੜ੍ਹਾ ਜਿਹਾ ਆਪਦੀ ਦਬੀ ਹੋ ਗਏ ਉਸ ਜ਼ਬਾਨ ਨਾਲ ਥੋੜ੍ਹਾ ਲਗਾ ਹੋਵੇ, ਉਹ ਬਿਲਕੁਲ ਸਾਨੂੰ ਪਤਾ ਹੋਵੇ, ਲੇਕਿਨ ਤੁਸੀਂ ਕੀ ਕਹਿ ਸਕੋ ਕਿ ਜਿਹੜੀ ਨਵੀਂ ਨਸਲ ਹੈ ਉਹਦਾ ਕਿਸ ਹੱਦ ਤੱਕ ਰੋਲ ਅਹਿਮੀਅਤ ਦਾ ਹਾਮਿਲ ਹੈ ਇਸ ਜ਼ਬਾਨ ਨੂੰ ਅੱਗੇ ਚਲਾਉਣ ਵਾਸਤੇ? ਗੁਜ਼ਾਰਿਸ਼ ਹੈ ਕਿ ਅਕਸਰ ਦੇਖਿਆ ਗਿਆ ਕਿ ਆਪਣੇ ਘਰਾਂ ਦੇ ਵਿੱਚ ਬੱਚਿਆਂ ਦੇ ਨਾਲ ਜ਼ਿਆਦਾਤਰ ਉਰਦੂ ਬੋਲਦੇ ਨੇ, ਸਮਝਣਾ ਇਸ ਵਾਸਤੇ ਬੱਚੇ ਜਿਹੜੇ ਆਉਣ ਵਾਲੀਆਂ ਨਸਲਾਂ ਹੁਣ ਉਹ ਆਪਣੀ ਜ਼ਬਾਨ ਸੀ ਨਾ ਬਦਲ ਜੀਆਂ ਹੋ ਰਹੀਆਂ, ਕਿਉਂਕਿ ਉਹਨਾਂ ਨੂੰ ਮੁਸਤਕਿਲ ਮਤਲਬ ਘਰਾਂ ਦੇ ਵਿੱਚ ਅਗਰ ਬੋਲੀ ਜਾਵੇ ਆਪਣੀ ਜ਼ਬਾਨ ਮਾਦਰੀ ਜ਼ਬਾਨ ਤਾਂ ਉਹ ਵੀ ਕੁਛ, ਲੇਕਿਨ ਮਾਦਰੀ ਜ਼ਬਾਨ ਨਹੀਂ ਬੋਲੀ ਜਾਂਦੀ ਉਹਦੀ ਜਗ੍ਹਾ ਦੇ ਉੱਤੇ ਉਰਦੂ ਵਗੈਰਾ ਮਤਲਬ ਰਾਇਜ ਹੋਏ ਆ, ਬੱਚਿਆਂ ਨਾਲ ਉਰਦੂ ਬੋਲਦੇ ਨੇ। ਇਹਦੇ ਤੋਂ ਹੀ ਮੈਨੇ ਇੱਕ ਨਜ਼ਮ ਕਈ ਇਸ ਵਕਤ ਮੈਨੂੰ ਯਾਦ ਨਹੀਂ ਗੀ, ਕੀ ਵਜ੍ਹਾ ਹੈ ਕਿ ਅਸੀਂ ਆਪਣੀ ਜ਼ਬਾਨ ਆਪ ਹੀ ਛੋੜਨੇ ਪਏ ਹਾਂ ਅਤੇ ਉਰਦੂ ਵੱਲ ਜਾਣੇ ਪਏ? ਇਹ ਵੀ ਹੈ ਨਾ ਕਿ ਮਾਸ਼ਰੇ ਮਾਹੌਲ ਦੇ ਵਿੱਚ, ਸਕੂਲਾਂ ਦੇ ਵਿੱਚ, ਕਾਲਜਾਂ ਦੇ ਵਿੱਚ ਜਿਸ ਤਰ੍ਹਾਂ ਕਿ ਉਰਦੂ ਨੂੰ ਅਹਿਮੀਅਤ ਹਾਸਿਲ, ਹਾਲਾਂਕਿ ਉਹ ਕੌਮੀ ਜ਼ਬਾਨ ਹੈ ਆਪਣੀ ਉਰਦੂ,
ਉਹਦੀ ਕਾਫੀ ਮਤਲਬ ਹੈ ਵੈਲਿਊ ਹੈ। ਲੇਕਿਨ ਨਾਲ ਨਾਲ ਇਹ ਚਾਹੀਦਾ, ਹੁਣ ਕੋਈ ਇਰਾਦਾ ਇਹਨਾਂ ਨੇ ਕੀਤਾ ਕਿ ਬਈ ਬੱਚਿਆਂ ਨੂੰ ਸਕੂਲ ਦੇ ਵਿੱਚ ਆਪਣੀ ਮਾਦਰੀ ਜ਼ਬਾਨ ਵਿੱਚ ਸਬਕ ਦਿੱਤਾ ਜਾਵੇ, ਪਸ਼ਤ ਹੋਵੇ, ਹਿੰਦਕੋ ਹੋਵੇ। ਮੇਰੇ ਕੋਲੋਂ ਇੱਕ ਦੋ ਨਜ਼ਮਾਂ ਵੀ ਲਿਖਾ ਕੇ ਖਾਜ਼ਰ ਸੁਹੇਲ ਮਲਿਕ ਲੈ ਗਿਆ, ਕਹਿੰਦਾ ਜੀ ਐਨ ਦਾ ਇਹ ਅਸੀਂ ਆਪਣੇ ਕਾਇਦਿਆਂ ਦੇ ਵਿੱਚ ਸ਼ਾਮਿਲ ਕਰ ਸੀਏ ਤਾਂ ਕਿ ਸਾਡੇ ਬੱਚੇ ਜਿਹੜੇ ਤੋਂ ਹਿੰਦਕੋ ਦੇ ਵਿੱਚ ਤਾਲੀਮ ਹਾਸਲ ਕਰਨ ਸਕੂਲਾਂ ਦੇ ਵਿੱਚ। ਮੁਮਕਿਨ ਹੈ ਉਸਨੂੰ ਇਹਦੇ ਨਾਲ ਕੁਛ ਫਰਕ ਪੈ ਹੀ ਜਾਵੇ। ਬਟ ਬਿਲਕੁਲ ਕਿ ਸ਼ਾਇਦ ਬੱਚਿਆਂ ਨੂੰ ਕਿਸੇ ਹੱਦ ਤੱਕ ਇਹ ਪਹੁੰਚਾ ਸਕਣ। ਸਾਡੇ ਇਸ ਟਾਈਮ ਇੱਥੇ ਨਸੀਮ ਸਾਹਿਬ ਮੌਜੂਦ ਹਨ। ਨਸੀਮ ਸਾਹਿਬ, ਅਕਸਰ ਲੋਕ ਕਹਿੰਦੇ ਨੇ ਕਿ ਕੌਵਾ ਚੱਲਾ ਹੰਸ ਕੀ ਚਾਲ ਆਪਣੀ ਚਾਲ ਵੀ ਭੁੱਲ ਗਿਆ। ਇਨਕੋ ਆਉਣ, ਅਗਰ ਇਨਕੋ ਛੋੜ ਦੇਵੇ, ਉਰਦੂ, ਪਸ਼ਤੋ ਅਤੇ ਅੰਗਰੇਜ਼ੀ ਵੱਲ ਚਲਾ ਜਾਵੇ ਤਾਂ ਉਸਦਾ ਕੀ ਹਾਲ ਹੋਸੀ? ਦੇਖੋ ਜੀ, ਇਨਕੋ ਜ਼ਬਾਨ ਸਾਡੀ ਜਿਹੜੀ ਹੈ ਨਾ, ਮਾਦਰੀ ਜ਼ਬਾਨ ਹੈ। ਇਹ ਚਾਹੀਦਾ ਹੈ ਕਿ ਇਸ ਨੂੰ ਅਸੀਂ ਘਰਾਂ ਦੇ ਘਰ ਵੀ ਬੱਚਿਆਂ ਦੇ ਨਾਲ ਵੀ ਪੜ੍ਹੇ, ਇਨਕੋ ਜ਼ਬਾਨ ਬੋਲੀਏ, ਆਪਣੇ ਦਫ਼ਤਰਾਂ ਦੇ ਘਰ ਵੀ ਬੋਲੀਏ, ਔਰ ਬੜੇ ਦਵੇ ਦੇ ਨਾਲ ਬੋਲੀਏ। ਸਮਝ ਜੀ, ਜਦ ਤੱਕ ਅਸੀਂ ਦਵੇ ਦੇ ਨਾਲ ਨਾ ਬੋਲਸੀਏ ਇਨਕੋ ਜ਼ਬਾਨ ਨੂੰ, ਤਾਂ ਬਸ ਸਾਡੀ ਜ਼ਬਾਨ ਦੇ ਨਾਲ ਬਾਅਦ ਇਹ ਹਾਲ ਹੋਸੀ ਜਿਹੜਾ ਕਿ ਹੁਣ ਮੌਜੂਦ ਦੌਰ ਦੇ ਘਰ ਹੈ, ਤੁਸੀਂ ਦੇਖਦੇ ਪਏ। ਜ਼ਬਾਨ ਦੇ ਹਾਲਾਤ ਤਾਂ ਬੁਰੇ ਹਨ, ਲੇਕਿਨ ਜਿਹੜੇ ਜ਼ਬਾਨ ਦੇ ਲੋਕ ਹਨ, ਉਹਨਾਂ ਦੀ ਪਹਿਚਾਣ ਕਿਤੇ ਚਲੀ ਗਈ? ਪਹਿਚਾਣ ਤਾਂ ਬਸ ਇਹ ਨਾ ਕਿ ਇਨਕੋ ਜ਼ਬਾਨ ਨਾ ਬੋਲ ਸਕੇ, ਤਾਂ ਉਹਨਾਂ ਦੀ ਪਹਿਚਾਣ ਤਾਂ ਖਤਮ ਹੋ ਜਾਸੀ। ਪਹਿਚਾਣ ਤਾਂ ਉਹ ਸ਼ੁਰੂ ਤੋਂ ਹੋਣੀ ਚਾਹੀਦੀ ਹੈ ਕਿ ਦੇਖੋ, ਅਸੀਂ ਸਕੂਲਾਂ ਦੇ ਘਰ ਵੀ ਰਾਇਜ ਕੀਤਾ ਜਾਵੇ, ਨਿਸਾਬ ਦੇ ਘਰ ਸ਼ਾਮਿਲ ਕੀਤਾ ਜਾਵੇ ਇਨਕੋ ਜ਼ਬਾਨ। ਅਸੀਂ ਦਫ਼ਤਰਾਂ ਦੇ ਘਰ ਬੋਲੀਏ, ਮਹਿਫਲਾਂ ਦੇ ਘਰ ਬੋਲੀਏ, ਝਿਜਕ ਨਾ ਕਰੀਏ ਆਪਣੇ ਅੰਦਰ। ਝਿਜਕ ਸਾਡੀ ਜਿਸ ਜਦ ਤੱਕ ਹੋਸੀ ਤਾਂ ਇਹ ਜ਼ਬਾਨ ਤਾਂ ਬਸ ਇਸ ਤਰ੍ਹਾਂ ਪਿੱਛੇ ਚਲੀ ਜਾਸੀ। ਮਤਲਬ ਨੁਕਸਾਨ ਜ਼ਬਾਨ ਦਾ ਨਹੀਂ ਗਾ, ਲੋਕਾਂ ਦਾ ਨੁਕਸਾਨ ਹੈ। ਅਗਰ ਜ਼ਬਾਨ ਨਾ ਰਹੇ ਤਾਂ ਲੋਕਾਂ ਦੀ ਆਪਣੀ ਪਹਿਚਾਣ ਵੀ ਖਤਮ ਹੋ ਜਾਊ। ਲੋਕਾਂ ਦਾ ਵੀ ਨੁਕਸਾਨ ਹੈ ਅਤੇ ਜ਼ਬਾਨ ਦਾ ਵੀ ਨੁਕਸਾਨ ਹੈ ਨਾ ਜੀ। ਜ਼ਬਾਨ ਵੀ ਪਿੱਛੇ ਚਲੀ ਜਾਸੀ ਨਾ, ਜ਼ਬਾਨ ਗਾਇਬ ਹੋ ਗਈ ਤਾਂ ਅਕਸੀ ਦੇਖੋ ਨਾ, ਪਸ਼ਤੋ ਜ਼ਬਾਨ ਹਰ ਬੰਦਾ ਪਸ਼ਤੋ ਬੋਲਦਾ ਪਿਆ, ਬੜੇ ਫਖਰ ਨਾਲ ਬੋਲਦਾ, ਝਿਜਕ ਮਹਿਸੂਸ ਨਹੀਂ ਕਰਦਾ। ਤੁਸੀਂ ਦੇਖ ਲਓ ਲੋਕ, ਤੁਹਾਨੂੰ ਮੈਂ ਕਹਿੰਦਾ ਕਿ ਲੋਕ ਜਿਹਨਾਂ ਦੀ ਪਹਿਚਾਣ ਹਿੰਦਕੋ ਹੋਵੇ, ਜਿਸ ਬੰਦੇ ਦੀ ਪਹਿਚਾਣ ਹਿੰਦਕੋ ਹੋਵੇ, ਉਹ ਇਹ ਸਮਝਦਾ ਕਿ ਮੈਂ ਹਿੰਦਕੋ ਛੋੜ ਕੇ ਅੱਛਾ ਹੋ ਜਾਸਾਂ, ਇਨਕੋ ਨੂੰ ਖਤਮ ਕਰਕੇ ਆਪਣੇ ਆਪ ਨੂੰ ਅੱਛਾ ਰੱਖਣਾ ਚਾਹੁੰਦਾ ਹੈ ਪਸ਼ਤੋ ਜਾਂ ਕਿਸੇ ਹੋਰ ਜ਼ਬਾਨ ਨਾਲ ਜਾਂ ਉਰਦੂ ਨਾਲ ਜਾਂ ਕਿਸੇ ਹੋਰ ਜ਼ਬਾਨ ਦੇ ਨਾਲ, ਤੁਹਾਨੂੰ ਲੱਗਦਾ ਹੈ ਕਿ ਉਹ ਅੱਛਾ ਰਹਿ ਸੀ? ਨਹੀਂ, ਬਿਲਕੁਲ ਵੀ ਅੱਛਾ ਰਹਿੰਦਾ ਸੀ ਇਸ ਤਰ੍ਹਾਂ, ਕਿਉਂਕਿ ਆਪਣੇ ਦੇਖੋ ਪਸ਼ਤੂਨ ਜਿਹੜੇ ਨਾ, ਉਹ ਪਸ਼ਤੋ ਜ਼ਬਾਨ ਬੋਲਦੇ ਤਾਂ ਦਿਨ ਬੰਦ ਨੱਛੇ ਪਏ ਹੋ ਜਾਂਦੇ ਨੇ, ਉਹ ਛਾ ਗਏ ਨੇ। ਤਾਂ ਉਹਦੀ ਵਜ੍ਹਾ ਕੀ ਹੋਵੇ, ਹਰ ਜਗ੍ਹਾ 'ਤੇ ਤਾਂ ਹਰ ਬੰਦਾ ਪਸ਼ਤੋ ਪਏ ਬੋਲਦਾ ਵੀ ਹੋਵੇ, ਅਸੀਂ ਪਸ਼ਤੋ ਦੀ ਬਜਾਏ ਹਿੰਦਕੋ ਬੋਲੀਏ ਉਸ ਦੇ ਨਾਲ, ਪਸ਼ਤੋ ਵਾਲੇ ਦੇ ਨਾਲ, ਅਤੇ ਉਹਨੂੰ ਮਜਬੂਰ ਕਰੀਏ ਅਸੀਂ ਕਿ ਤੂੰ ਸਾਡੀ ਜ਼ਬਾਨ ਬੋਲ, ਸਾਡੀ ਜ਼ਬਾਨ ਬੋਲਦੇ ਤਾਂ ਤਾਂ ਹੀ ਉਸੀ ਤੂੰ ਸਾਡਾ ਇਨਕੋਮਾਨ ਬਣ ਗਿਆ। ਜਿਸ ਤਰ੍ਹਾਂ ਅਸੀਂ ਇਨਕੋ ਬੋਲੇ, ਤੂੰ ਵੀ ਬੋਲ, ਉਹਨੂੰ ਮਜਬੂਰ ਕਰੀਏ ਤਾਂ ਤਾਂ ਹੀ ਹੋ ਸਕਦਾ। ਬਸ ਉਸਦੇ ਨਾਲ ਪਸ਼ਤੋ ਜ਼ਬਾਨ ਜੇਕਰ ਸ਼ੁਰੂ ਹੋ ਜਾਈਏ ਤਾਂ ਸਾਰਾ ਦਿਨ ਅਸੀਂ ਪਸ਼ਤੋ ਬੋਲਦੇ ਨਹੀਂ, ਇਨਕੋ ਜ਼ਬਾਨ ਨਾ ਬੋਲੀਏ। ਇਹ ਯਾਰ, ਤੁਸੀਂ ਸਾਡੇ ਘਰ ਵਿੱਚ ਵੀ ਇਨਕੋ ਨਹੀਂ ਬੋਲਦੇ? ਅਸੀਂ ਤਾਂ ਘਰ ਦੇ ਘਰ ਵੀ ਦੇਖੋ ਇਨਕੋ ਨਹੀਂ ਬੋਲਦੇ, ਅਸੀਂ ਆਪਣੇ ਵਾਲਦੈਨ ਦੇ ਨਾਲ ਇਨਕੋ ਬੋਲਦੇ ਹਾਂ, ਕਿਉਂਕਿ ਸਾਡੇ ਵਾਲਦੈਨ ਜਿਹੜੇ ਨੇ, ਪੇਰੈਂਟਸ ਜਿਹੜੇ ਤੇ, ਉਹ ਇਨਕੋ ਬੋਲਦੇ ਨੇ, ਉਹ ਸਾਡੇ ਨਾਲ ਇਨਕੋ ਬੋਲਦੇ ਨੇ, ਇਨਕੋ ਬੋਲਦੇ ਨੇ, ਅਸੀਂ ਵੀ ਉਹਨਾਂ ਨਾਲ ਇਨਕੋ ਬੋਲਦੇ ਹਾਂ। ਸਾਡੇ ਬੱਚੇ ਜਿਹੜੇ ਨਾ, ਉਹ ਸਾਡੇ ਨਾਲ ਨਹੀਂ ਬੋਲਦੇ, ਬਲਕਿ ਸਾਡੇ ਵਾਲਦੈਨ, ਸਾਡੇ ਵਾਲਦੈਨ ਦੇ ਨਾਲ ਸਾਡੇ ਬੱਚੇ ਇਨਕੋ ਬੋਲਦੇ ਨੇ, ਕਿਉਂਕਿ ਸਾਡੇ ਜਿਹੜੇ ਵਾਲਦੈਨ ਹਨ, ਉਹ ਇਨਕੋ ਹੀ ਬੋਲਦੇ ਨੇ। ਅਸੀਂ ਉਰਦੂ ਬੋਲ ਲੈਂਦੇ ਹਾਂ, ਅਸੀਂ ਸਾਡੇ ਨਾਲ ਉਰਦੂ ਬੋਲਦੇ ਨੇ, ਅਸੀਂ ਵੀ ਬੱਚਿਆਂ ਨਾਲ ਇਨਕੋ ਬੋਲੀ ਨਾ, ਸਾਡੇ ਨਾਲ ਵੀ ਇਨਕੋ ਬੋਲੋ। ਲੇਕਿਨ ਉਹ ਆਪਣੇ ਦਾਦੇ ਦਾਦੀ ਦੇ ਨਾਲ, ਨਾਨੀ ਨਾਨੀ ਦੇ ਨਾਲ ਇਨਕੋ ਬੋਲਦੇ ਨੇ, ਕਿਉਂ? ਉਹਦੇ ਨਾਨਾ ਨਾਨੀ ਦਾਦਾ ਦਾਦੀ ਵੀ ਇਨਕੋ ਬੋਲਦੇ। ਨਸੀਮ ਸਾਹਿਬ ਨੇ ਗੱਲ ਹੀ ਮੁਕਾ ਛੋੜੀ ਕਿ ਜਿਹੜੇ ਸਾਡੇ ਵਾਲਦੈਨ ਹਨ, ਸਾਡੇ ਵੱਡੇ ਹਨ, ਉਹ ਲੋਕ ਇਨਕੋ ਬੋਲਦੇ ਨੇ, ਇਸੇ ਵਾਸਤੇ ਅਸੀਂ ਵੀ ਨਾਲ ਇਨਕੋ ਬੋਲਦੇ ਹਾਂ, ਸਾਡੇ ਬੱਚੇ ਵੀ ਇਨਕੋ ਬੋਲਦੇ ਨੇ। ਲੇਕਿਨ ਅਸੀਂ ਆਪਣੇ ਬੱਚਿਆਂ ਨਾਲ ਆਪ ਹੀ ਇਨਕੋ ਨਹੀਂ ਬੋਲਦੇ ਹਾਂ, ਇਸੇ ਖਾਤਰ ਸਾਡੇ ਨਾਲ ਬੱਚੇ ਵੀ ਇਨਕੋ ਨਹੀਂ ਬੋਲਦੇ। ਸਾਡੇ ਮਾਂ ਪਿਓ ਨਾਲ ਉਹ ਆਪ ਹੀ ਇਨਕੋ ਬੋਲਦੇ ਨੇ, ਉਹ ਅਸਾਨੇ ਉਸ ਤਰ੍ਹਾਂ ਦੇ ਨਾਲ ਇੱਕ ਰਬਤ, ਇੱਕ ਰਿਸ਼ਤਾ ਨਹੀਂ ਬਣਾਇਆ ਆਪਣੇ ਬੱਚਿਆਂ ਨਾਲ ਹਿੰਦਕੋ ਦਾ ਕਿ ਉਹ ਆ ਕੇ ਸਾਡੇ ਨਾਲ ਇਨਕੋ ਦੇ ਘਰ ਗੱਲ ਕਰਨ। ਸਾਡੀ ਗੱਲਾਂ ਇਸ ਵਕਤ ਵੀ ਜਾ ਰਹੀਆਂ, ਤੁਸੀਂ ਸਾਡੇ ਨਾਲ ਰਹੋ, ਇਸ ਵਕਤ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਵੈਲਕਮ ਬੈਕ। ਇਸ ਟਾਈਮ ਸਾਡੇ ਨਾਲ ਸਾਦਿਕ ਸਭਾ ਸਾਹਿਬ ਮੌਜੂਦ ਨੇ, ਉਹਨਾਂ ਨਾਲ ਗੱਲ ਕਰਨਾ ਹੈ। ਸਾਦਿਕ ਸਾਹਿਬ, ਕੀ ਕਹਿਸੋ, ਤੁਹਾਡੇ ਨਜ਼ਦੀਕ ਜਿਹੜੀ ਹਿੰਦਕੋ ਜ਼ਬਾਨ ਹੈ, ਉਹਨੂੰ ਦੁਬਾਰਾ ਅਸੀਂ ਕਿਸ ਤਰ੍ਹਾਂ ਇੱਕ ਦਫ਼ਾ ਵੱਧ ਪਿਛੋਰੀਆਂ ਦਿਲਾਂ ਦੇ ਘਰ ਲਿਆ ਸਕਦੇ ਹਾਂ ਅਤੇ ਉਹਨਾਂ ਜ਼ਬਾਨਾਂ 'ਤੇ ਲੈ ਕੇ ਆ ਸਕਦੇ ਹਾਂ? ਬਿਸਮਿਲ੍ਲਾ ਰਹਿਮਾਨ ਰਹੀਮ। ਸਭ ਤੋਂ ਪਹਿਲੇ ਤਾਂ ਮਸ਼ਰਕ ਟੀ ਵੀ ਦਾ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਸਾਡੇ ਦਫ਼ਤਰ ਦੇ ਘਰ ਆ ਕੇ ਹਿੰਦਕੋ ਗੰਦਾਰਾ ਬੋਲ ਦੇ ਘਰ ਹਿੰਦਕੋ ਜ਼ਬਾਨ ਦੇ ਬਾਰੇ ਦੇ ਘਰ ਕੁਛ ਮਾਲੂਮਾਤ ਕੁਛ ਆਮ ਕਰਨੇ ਉਸੇ ਜਿਹੜੀ ਸਾਨੂੰ ਕੋਸ਼ਿਸ਼ ਕੀਤੀ ਹੈ ਇਹਦੇ ਅਸੀਂ ਸਾਡੇ ਬੜੇ ਮਸ਼ਹੂਰ ਹਾਂ। ਗੱਲ ਇਹ ਕਿ ਜੀ 1970 ਤੱਕ ਪਿਸ਼ੋਰ ਦਾ ਇਕਾਰ ਜਿਹੜਾ ਤਾਂ ਇਨਕੋ ਹੀ ਬੋਲੀ ਜਾਂਦੀ, ਮਾਂ ਪਿਓ ਜਿਹੜਾ ਤਾਂ ਬੱਚਿਆਂ ਦੇ ਨਾਲ ਇਨਕੋ ਹੀ ਬੋਲਦੇ, ਸਾਰਾ ਇੱਕ ਮਾਹੌਲ 16 ਦਰਵਾਜ਼ਿਆਂ ਦੇ ਅੰਦਰ ਜਿਹੜਾ ਸ਼ਹਿਰ ਆਇਆ ਉਸਦੇ ਕਾਰ ਇਨਕੋ ਆਉਣ ਦੇ ਸਿਵਾ ਦੂਆ ਬੰਦਾ ਨਹੀਂ ਆਇਆ, ਸਾਰੇ ਇਨਕੋ ਬੋਲਦੇ ਹੈ। ਲੇਕਿਨ 1970 ਸੀ ਬਾਅਦ ਵਾਦ ਜਿਹੜਾ ਤਾਂ ਪ੍ਰਾਈਵੇਟ ਸਕੂਲਾਂ ਦੇ ਕਾਰ ਜਿਸ ਵਕਤ ਉਹ ਉਰਦੂ ਸ਼ੁਰੂ ਹੋਈਏ ਪ੍ਰਾਈਵੇਟ ਉਹ
तो उस कारण कुछ चेंजेस आए। उन्हें बच्चों ने कार आके भी इनको माँ प्यो ने भी नाल इनको दी बजाय उर्दू शुरू की है। वन यूनिट सी बाद वन यूनिट नहीं जी 1970 71 दी बाद हुआ। बस ये चीज़ है, चीज़ है कि सब जबान जड़ियाँ तो वो गुलदस्ता हुन वो जड़ियाँ तो किसी जबान के मुखालिफ नहीं गया, चाहे पश्तो वे उर्दू वे अंग्रेजी जो सब जन तो गुलदस्ता हुन। असी ये कहने कि इनको भी अपना एक मुकाम रखती है, एक दर्जा रखती है, एक बहुत पुरानी जबान है जिसका मरकज जड़ा है पिशोर है, इतने ही बोली गई है, इतों से परवान चढ़ी है और किस जमाना है कि पूरे सिंध देशकार पंजाब देकार सब इनको ही इनको ही मुख्तलिफ हूँ। उन्होंने इन नाम दे दिते हैं, पंजाबी का नाम दिता है और नाम दे दिते हैं, लेकिन है इनको ये वो चीज़ जड़ी है। 70 से बाद आहिस्ता आहिस्ता ख़त्म होनी शुरू हो गई है, वो वाकई बड़े उस तक ख़त्म हो गई, लेकिन गंधारा इनको बोर्ड ने यह कोशिश की है कि इस जुबान को दोबारा जिंदा करने वास्ते उन्होंने कोशिश की है और इस चीज़ का जरा बीड़ा है वह साढ़े जनाब जियाउद्दीन साहब ने चुका है। लोगों को इकट्ठा किया ने, इसते मीटिंग कीतिया ने, लोगों को अपने घर ही बुलाया ने, बिठाया ने, किया ने कि आओ भाई ये तुसी साड़ी जड़ी जबान है जिस जबान दे तुसी वारस हो, 5000 साल पुराना तुसी जे वारस हो, इस जबान ने तुसी क्यों पे छोड़ दियो, इनू बोलो। साथ साहब इन जी अमूमन एक सवाल मेरे जहन देकर इस टाइम आया, अक्सर देखने असी लोगों ने PhD की होंगी है फारसी देकर, पश्तो देकर, उर्दू देकर, आया हुण तक किसी ने PhD की है इनको जबान जी PhD की है बाकायदा इनको रोजगार भी होगी। कितने लोगों ने की उसी अंदाजा मतलब हूँ तो स्टार्ट है ना जी, इस वक्त भी 2-3 बंदे पे कर दें और साढ़े इलाज बख्श अख्तर रवान साहब आए, उन्होंने इस कार PhD की लंदन में वफात पाकिन खुदा बख्शे उन्होंने, इसी तरह और जड़े नौजवान हूँ उन्होंने रुझान पैदा हो गया और आपस के कार भी इनको बोल दें, कारां दे कार भी बोल दें, बल्कि साड़ियाँ जड़ी महफिलों होंदियाँ उस कार बड़े शौक न ला दें बहन दें और कोशिश पे कर दें। इसी तुसी जड़ा था इसी अंदाज़ा ला सकते हो फेसबुक पर, इस जिस गलकत भी चल दी है उस कार इनको बोल दें, पिशोरी बैठक है उस कार इनको भी बोल दें, बहुत एक रुझान पैदा हो गया है, बहुत इंशाल्लाह ताला वक्त दूर नहीं गा कि इनको इनको उसी इनको देकर बहुत सी ने किताबा सानी छाप दीती हैं और उसी पर छापने इस उसे कोशिश में करने इंशाल्लाह इनको बहुत अपना मुकाम हासिल कर ले सी। बहुत शुक्रिया सर, बड़ी अच्छी गल की थी सादिक साहब ने कि इस वक्त फेसबुक के उत्ते पिशोरी बैठक की गल इन्होंने की है, असं आप भी उसके मैंबर हाँ तो देखते रहने अक्सर जी गल होंदियां इनको जबान ने कार उत्थे एक उसूल बनाया गया है कि सिर्फ तो सिर्फ लोग इनको गल कर सन और कोई जबान ना हो सी, तो साढ़े साहब अरशद जिया साहब मौजूद हैं उन्होंने गल करने। अरशद साहब के कैसो कितनी इंपॉर्टेंट है सानू इस जबान की प्रमोशन वास्ते इंटरनेट में इस्तेमाल करना। बिस्मिल्लाह रहमान रहीम, मैं बहुत शुक्रगुजार हाँ मशरिक TV चैनल का कि मैं बोलने का मौका दिता गया। मैं सिर्फ इतना अर्ज कर KPK के विचकार इस टाइम 26 लैंग्वेजिज बोली जाए, असी इकट्ठे हो लैंग्वेज की प्रमोशन वास्ते हमेशा एक गल याद रखनी चाहिए है कि कोई भी जबान उस वक्त ख़त्म होती है जब वो डॉक्यूमेंट होना छोड़ दे, कोई भी जबान उस वक्त तरक्की के मनाजिल तय नहीं करती जिस टाइम लोग उसनों ओन करना छोड़ दें। साड़ा बुनियादी मकसद जबान की प्रमोशन है, चाहे वह गोजरी होवे, चाहे वह खुआर होवे, चाहे वह तोरवाली होवे, चाहे वह इनको होवे, असी प्रमोट किस तरह कर सियां जिस टाइम उसदे लिखारी पैदा कर सियां, जिस टाइम उसनों डॉक्यूमेंट कर सियां, डॉक्यूमेंट करने से बाद उसनों प्रोपोगेट कर सियां, प्रोपोगेट करने वास्ते साडे कोल सोशल मीडिया वे, साडे कोल इंटरनेट है, साडी वैबसाइट्स मौजूद हैं, साडे कोल बहुत ज़्यादा और SMS मार्केटिंग सिस्टम साडे कोल मौजूद है। तो असल मसला यह है कि इनफॉर्मेशन टेक्नोलॉजी जितना ज़्यादा लोगों ने कॉमन कर छोड़ा है, लोगों नूं लिखना भुल गया, लोग इंटरनेट यूज़ कर दें, क्लिक कर दें, जिस टाइम उन्होंने किया जाता है कि यार एक नज़म लिख लो, एक मजमून लिख लो, एक अफसाना लिख लो, तो लोग हंस दें कि यार ये असी किस तरह लिखियां, तो जब तुसी लिख सो ना तो साढ़े को निसाब किस तरह बन सी, साढ़े को रेफरेंस से किताबा किधरों आ सन, लोग PhD से जा सन, लोग BA करने जा सन, MA करने जा सन, FA करने जा सन, तो वो भला के पढ़ सन, तो पढ़ने से जरूरी है कि असी पहले किसी चीज़ नूं ओन करें, किसी लैंग्वेज दे लिखारी पैदा करें, लिखारी पैदा हो सन, निसाब साढ़े कोल सी, वो निसाब असी पब्लिसाइज कर सियां, पब्लिश कर सियां, वत उसकी प्रोपोगेशन हो सी। तो मेरा ख्याल है इनफॉर्मेशन टेक्नोलॉजी बड़ा अच्छा रोल इसे उत्ते प्ले करती भी पई है, असी बहुत मेहनत पे करने हैं, तो साड़ी कोशिश है कि जितना मटीरियल साढ़े कोल मौजूद है वो असी डाउनलोडेबल फॉर्मेट देकर अपने ऑडियंस तक पहुँचाया, अपने व्यूअर्स तक पहुँचाया, आने वाले रिसर्चर्स तक पहुँचाया, ताकि वो उसनों उसी मुस्तफीद हो सकन।
شکریہ جی. ارشد صاحب ماشاء اللہ سے انہوں نے وال تھوڑا سفید ہوئے بھی جوان ہیں ماشاء اللہ سے اتنے ایکسپیرینس انہوں نے اچھا خاصا ہوئے سارے نال دو جوان اور موجود ہیں گل کرنے کہ یگسٹرز اس وقت کے کرتے پے ون کیونکہ ہر ایک بندے نو امید ہوتی ہے نوجوان سی کہ نوجوان نسل آسی نوجوان خون آسی سسٹم دے کار تے اور جڑے نال لوگ سن انہوں نے بھی انرجائز کر سی انہوں نے بھی نال اس دے کار چلا سی تو انہوں نے بھی کام کر سی. نعمان صاحب کے کیسو نوجوانوں کا کتنا اہم رول ہے تو تسی کیلا ایک ایکٹیو رول پلے کرتے پے. السلام علیکم, میں مشرق ٹی وی کا شکر گزار ہاں کہ انہوں نے گل کرنے کا موقع دیتا ہے. میں ہنکو جی ساری ماں بولی زبان ہے تو بے شک جی سے سانو آواز اگے کرنی چاہیے تو اپنا رول ادا کرنا چاہیے. اس ٹائم جی ہنکو دا بیسک جرا پروموشن دا طریقہ کار ہے ان میگزینز ان اخبارات ان اسی اخبارات دے ذریعے ہنکو نو پروموٹ کر سکنے ہیں. ہنکو زبان نو اسی کتاباں دے ذریعے پروموٹ کر سکنے ہیں. اسی اپنے ون پیجر دے ذریعے فیس بک دے ذریعے سوشل میڈیا دے ذریعے ویب سائٹ دے ذریعے اسی ہنکوانا نو اویئر کر سکنے ہیں, اپنی زبان دی تاریخ بتا سکنے ہیں تے اپنی کتاباں دے ذریعے اسی ہنکو زبان نو ترقی دے سکنے ہیں. سب سے بڑی گل یہ کہ نوجوان اس زبان نو اپناون کہ کیسے جڑے لوگ اس وقت شرماندے پے اسی اسی حقیقت سے انکار نہیں کر سکنا کہ لوگ شرماندے ہیں ان کو بولنے سے. جڑے ینگسٹر ہیں جڑے نوجوان ہیں ایک گیدرنگ دے کار بیٹھ کے اکثر ان کو بولنے سے ہچکچاندے ہیں نہیں بولتے ہیں ان کو انہوں نے تو کیا کہہ سو آج کل دے جڑے دوڑ ہی سر ہوں بھی جتنے بھی لوگ آپس وچ مل دین ہن کو وان خاص کر وہ آپس وچ ان کو ہی بول دین پشتو جڑے پٹھان مل دین آپس وچ پشتو بول دین تے ساڈے جڑا آج کل دا ماحول ہے اس وچ اپنی زبان جتنا بندہ زیادہ گل کرے اپنی زبان گپ شپ لاوے اتنا ہی زیادہ بندے نوں مزہ آندا ہے تے اپنے کار ہی اس ویلے شرمانے دی وجہ ہے کہ کار ہی ماں پیو تا ان کو بول دین لیکن بچے اگے جڑے اردو بول دین انہاں نال لہٰذا ماں پیو نوں بھی چاہیے کہ انہاں نال ان کو گل کروں تے انہاں نوں بھی ان کو ول راغب کروں کہ وہ بھی ان کو گل کروں تے اس طریقے نال بچے دی شرم بھی تے جھجک بھی دور ہو سکدی ہے اگر وہ ان کو چی ان کو دا ماحول ہی چورمون تے ان کو بولون ماں پیو نال بھین بھراواں نال دوستاں نال اسکول ہی ان کو بولون اسی طرح ان کو ترقی کر سکدی ہے. بہت شکریہ نعمان نے گل موقع چھوڑی ہے کہ صرف نوجوانوں کے نال ہی یہ شے اچھی ہو سکتی ہے تو نوجوان نو اپنا کم تے اپنا کردار ادا کرنا پڑتا. ادھر اویس موجود ہیں. اویس تسی کیا کہسو تسی بھی ماشاء اللہ ینگ ہو تے اتھے آ کے بیٹھے ہو سارے بزرگ بیٹھے ہو ایک علم دا سمندر ہے تسی نال بیٹھ کے پہلے تے کس طرح محسوس کردے پے ہو اتنا علم تمہیں ملتا ہوئے تسی ریسرچ کردے ہو اتھے بیٹھ کے تے اپنے اور ساتھیوں نو کس طرح اتھے تسی ویلکم کر سو. بہت بہت شکریہ. سب سے پہلے تو میں مشرق چینل کا شکر گزار ہاں کہ انہوں نے منوں گل کرنے کا موقع دیتا ہے. دوسرا تو نے گل کی ہے کہ انہوں لوگوں نال بیٹھ کے یہ سارے ساڑے شاعر ادیب حضرات ہوں تو کسی بھی زبان کی ترقی دے وچ شاعر دا تے ادیب دا بڑا بڑا رول ہوندا ہے تو چونکہ جوان نسل دا بھی اس وچ بڑا کردار ہے تو انہوں لوگوں کے نال ہی بیٹھ کے اسی لوگ سیکھ سیاں تے اپنی زبان کے حوالے نال کچھ کام کر سکسیں. ٹھیک ہے مہربانی. اس وقت اسی پروگرام دے کر چھوٹی جی بریک لینے ہاں تے بریک سی بعد اسی گندھارا ہندو کو اکیڈمی دے بارے گل کرسی ہاں تے ایتھے حکومت نے کی کیتا ہے ہن تک تے اس اکیڈمی دے خدمات کے کیون انشاءاللہ ایک بریک سی بعد اس تو نال شیئر کرسی ہاں. سارے نال رہو. تمہیں ایک واری بعد پروگرام خوش آمدید کہنے ہاں. خیبر پختونخوا حکومت دی طرف جد انہوں نے تحریک انصاف نے حکومت سنبھالی ہے تے جڑی صوبے دی مادری زبان آئی ہیں انہوں نے فروغ واسطے انہوں نے ایک گندھارا ہندکو اکیڈمی کا قیام عمل لیا ہے تے انہوں ایک خاص معقول جا فنڈ بھی ملتا ہے. ہن تک گندھارا ہندکو اکیڈمی نے کی کیتا ہے تے انہوں نے جڑا فنڈ ملتا ہے اس کا ہن تک آؤٹ پٹ کیا ہوا ہے وہ اسی معلوم کر سکیں. ساڈے ادھر موجود ہیں اس اکیڈمی کے جنرل سیکٹری محمد ضیاء الدین صاحب. بہت شکریہ سر سانو ٹائم دیتا ہے. سر کے کہہ سو ہن تک جڑی ساری مادری زبان ون صوبائی حکومت نے اس اکیڈمی ہن تک کتنی فائنینشیل ہیلپ کی ہے تو اکیڈمی کا ہن تک آؤٹ پٹ کیا ہے؟ جی ہاں یہ گل اس طرح کی ہے کہ گندھارا ہندکو اکیڈمی 2015 چ قائم ہوئی ہے. اس سے پہلے مختلف صوبے کے زبان کی ترقی واسطے حکومتوں نے صوبائی حکومتوں نے بھی تو مرکزی حکومت نے بھی اکیڈمی بنائی ہے. پاکستان چونکہ کثیر لسانی ملک ہے اس ایک عداد شمار کے مطابق 60 سے زیادہ زبان بولی جائیں اس تقریباً ادھیا زبان سارے صوبے بولی جائیں تقریباً 30 کے قریب یا لگ بھگ 29 کے قریب. انہوں زبانوں کی ترویج و ترقی واسطے خاطر خواہ کو کم تو ہوں تک نہیں ہویا. سارے صوبے کی چونکہ وڈی زبان پشتو ہے پشتو واسطے اکیڈمی 1950 کی دائج پشاور یونیورسٹی قائم ہو گئی
لیکن چونکہ ہندکو زبان صوبے دی دوسری بڑی زبان ہے تے اے پاکستان دی چھویں بڑی زبان ہے سرکاری اعداد و شمار دے مطابق لیکن باوجود ہندکو اکیڈمی پبلک سیکٹر اچ نہ بن سکی اس دے فروغ سے اے ہویا کہ مختلف لوگاں نے اپنے ذاتی کوششاں دے نال کام کیتا شاعراں نے ادیباں نے رائٹرز نے ریسرچرز نے اپنے طور تے کام کیتا چونکہ اکیڈمی دا کام یہ ہوندا ہے کہ مختلف تحقیق کرنا مختلف موضوعات دے اتے زبان دے مختلف حوالے نال تحقیقات کرنا وہ تحقیق دا کام چونکہ ظاہر ہے اس واسطے وسائل دی ضرورت ہوندی ہے تے نہ ہو سکا لیکن موجودہ حکومت دا تو نے بالکل بجا فرمایا کہ پاکستان تحریک انصاف دی حکومت دا کارنامہ سے کیسی ہے کہ انہوں نے ایک ایسی زبان کہ جڑی صوبے دی دوسری بڑی زبان ہے اس دی اکیڈمی ہن تک نہیں بنی باوجود نہیں بن سکی تے انہوں نے ایک بڑا بولڈ سٹیپ لیتا تو انہوں نے پبلک پرائیویٹ پارٹنرشپ دے تحت ایک اکیڈمی بنائی ایک نواں تجربہ بھی انہوں نے کیتا اس لحاظ نے تجربہ کامیاب رہا کہ انہوں نے ایک ٹرسٹ کیتا گندھارا ہندکو بورڈ پاکستان دے اتے کیونکہ انہوں کا دو سوال پیدا ہوئے کہ اسی اس اکیڈمی نو گندھارا ہندکو اکیڈمی نو اسی پرائیویٹ اکیڈمی بنائی ہے اس نو پبلک پرائیویٹ اکیڈمی بنائی ہے یا اس نو پبلک اکیڈمی بنائی ہے کافی غور و غوث دے بعد حکومت تے موجودہ حکومت نے فیصلہ کیتا کہ چونکہ ایک ادارہ جڑا گندھارا ہندکو بورڈ دے نام تے مختلف کام پہ کر رہا ہے گزشتہ 23 سال سی تو انہوں نے کہا اسی اسی ادارے تے اعتماد کرتے ہوئے اسی اسی نو کہسی کہ اس نو ایگزیکیوٹ کریں تقریباً سال ہو گیا سانے حکومت نے سانو 7 کروڑ دی گرانٹ دیتی ہے ایک گرانٹ سانو یک مشت گرانٹ ملی ہے اس لحاظ نال بھی حکومت دا بڑا بولڈ سٹیپ ہے بڑا اسی کہنے ہاں کہ انہوں نے اعتماد کیتا ہے کہ اسے ادارے تے کہ جڑا ایک این جی او ہی تے اس تے اعتماد کیتا ہے تو اس این جی او تے اعتماد کرنے دے کافی انہاں کول ثبوت بھی ہے انہاں کول ایسے وجوہات بھی ہیں جس تے انہوں نے اعتماد کیتا کیونکہ ساڑے اس اکیڈمی دے نال مختلف ایسے اصحاب وابستہ ہوں کہ جنہاں دی ریپوٹیشن ماشاء اللہ بڑی زبردست ہے مثال طور پہ میں تواڈے سامنے دو ترے نام لواں ڈاکٹر ظہور احمد اوان جڑے ساڈے صوبے دے بڑے نامی گرامی استاد بھی گزرے ہیں تے ریسرچرز بھی ہے لکھاری بھی ہے کالم نگار بھی ہے اسی طریقے تے ساڈے صوبے دے چیف سیکرٹری اعجاز احمد قریشی جڑے سابق چیف سیکرٹری او ساڈے گندھارا ہندکو بورڈ دے موجودہ چیئرمین ہن اس طریقے تے ساڈے صوبے دے وچ تعلق رکھنے والے عبداللہ صاحب جڑے بڑے ریپوٹڈ قسم دے چیف سیکرٹری ہے او بھی ساڈے گندھارا ہندکو بورڈ نال وابستہ ہن اعجاز رحیم صاحب جڑے ساڈے صوبے دے چیف سیکرٹری بھی رہے ہیں وہ بھی گندھارا ہندکو بورڈ نال وابستہ ہن انہاں وجوہات دی بنیاد تے حکومت نے پورا اعتماد کیتا کہ اے اس قابل ہے کہ اسی اس تے اعتماد کریے تے اتنی بڑی گرانٹ انہوں نے دیتی تواڈے سوال دا دوسرا حصہ جا تعلق ہے کہ انہوں نے ہن تک کی کیتا ہے ساڈی اس اکیڈمی نے یہ کام کیتا ہے کہ بڑے قلیل وقت دے وچ 50 سے زیادہ کتاباں چھایا کر دیتی ہیں اسی طریقے دے ایک سال دے 50 کتاباں تیار کر مقامی زبان وچ مقامی زبان ہندکو زبان دے حوالے نال سانے کتاباں شائع کر دیتی ہیں ایسا دوسرا پہلے سٹیپ پہ کہ نہ صرف کتاباں بلکہ سانے یہ کام بھی کیتا ہے کہ اسی اس ٹائم 9 رسالے اس ٹائم گندھارا ہندکو اکیڈمی دے تحت چھپ دے پئے اسے پیریوڈیکلز جو ہیں ہفتہ وار بھی ہوں اس ماہانہ بھی ہوں اس بائی اینول بھی ہوں تو اس طرح اس طریقے تے ہویا کہ سانے او کام جڑے مختلف اکیڈمیوں سے بڑا مشکل ہوندا ہے تسی یقین کرو کہ اس ٹائم پاکستان وچ بعض اکیڈمی ہیں جنہاں سے ایک رسالہ چھاپنا بڑا کار دارد ہوندا ہے تے اکیڈمی اپنے کٹ وسائل دے نال اس نوں چھاپ دی یعنی اس وچ چیک کر دی کوشش کر دی کہ کٹ وسائل دے نال کٹ خرچے دے نال کٹ کاسٹ دے نال اس نوں اسی اس نوں پایا تکمیل تک پہنچانے پھر اس وچ ایک ساڈی اکیڈمی دا ایک اور یونیک پہلو اے وے کہ نہ صرف ہندکو بلکہ صوبے جتنی زباناں بولی جاندیاں انہاں دی ترویج و ترقی اسے پہ کام کر رہا یعنی ایک تو ہوندا نا کہ صرف گل کرنا سانے عملاً اس وجہ سے کام کیتا ہے سانے نہ صرف ہندکو زبان دے رسالے بلکہ سانے کھوار زبان دے رسالے سانے کوہستانی زبان دے رسالے نوں بھی سپورٹ کیتا ہے سانے انہوں نے چھاپا پھر دوسرا اس دا ایک پہلو اے کہ سانے نہ صرف لٹریچر دے حوالے نال سانے کام کیتا ہے بلکہ سانے آڈیو دے وچ بھی تے ویڈیو دے وچ بھی سانے کام کیتا ہے یعنی سانے او پہلو جڑے اج کل چونکہ دور ایک ویڈیو دا دور ہے آڈیو دا دور ہے ویب سائٹ دا دور ہے فیس بک دا دور ہے سانے اس دی بھی ریکوائرمنٹ پوری کیتی ہیں سانے پھر ایک اور کیتا ہے ایک ہوندا چیز کہ او چیزاں کہ جڑیاں ماضی دے وچ لوکاں نے کام کیتا ہوندا ہے سانے اس نوں بھی محفوظ رکھنے دی بھی ایک ذمہ واری ہوندی ہے اکیڈمی دے اتنے کہ انہوں نے جڑے آبا اجداد نے کام کیتا ہوندا ہے اسی 50 سال پہلے یا 100 سال پہلے جو کام کیتا ہے اس نوں محفوظ کرنے کا انتظام بھی کیتا جائے گندھارا ہندکو اکیڈمی نے اپنے محدود وسائل دے نال یہ بھی کام کیتا ہے کہ اس ورثے نوں بھی محفوظ کیتا ہے اس مینوسکرپٹ نوں بھی محفوظ کیتا ہے انہاں لکھتاں نوں بھی محفوظ کیتا ہے نہ صرف محفوظ کیتا بلکہ محفوظ کرنے دے بعد انہوں نے چھایا کرنے کا اہتمام بھی کیتا
इस टाइम साढ़े तकरीबन 50 किताबें साढ़िया मुकम्मल हो गई। तो मैं एक गल पूरे वसूक न कह सकना कि इंशाल्लाह ताला सी अनकरीब 50 किताबें मजीद भी असी इंशाल्लाह शाया कर दे सी। तो साढ़ा यह टारगेट है कि असी तकरीबन असी 1.5 साल के अंदर अकैडमी का क्याम से 1.5 साल के अंदर अंदर असी 100 किताबें इंशाल्लाह इसमें सिर्फ 1.5 साल शाया कर 100 किताबें। सर तुमने एक तो खामा खा मैं सवाल पूछना कि यह जी अकैडमी को ग्रांट मिली ये सिर्फ तुमने आप ही भी कह कि सिर्फ हिंको से नहीं आई और जबाना से भी तुमने और जबान से भी कम किया है जरा थोड़ा 1.5 साल गुजार छोड़ा वे तुमने एक तो पहले इसका नाम गंधारा हिंको अकैडमी क्यों रखा है पहली तरह सवाल तो मेरा ये उसी तो दूसरा ये कि तुमने और कि जबान के अकाउंट तक कोई किताब शाया की थी जी उस पहले सवाल का जवाब मैं दसा कि गंधा साने तो जो साने PC1 पेश किया है डिपार्टमेंट गवर्नमेंट ने पेश किया तो साने उस लिखा हिंको अकैडमी लिखा है जिस टाइम उन्होंने ये फाइनलाइज किया तो उन्होंने फैसला किया उन्होंने इस गंधारा का लफ्ज़ उन्होंने खुद लगाया था क्योंकि गंधारा इनको बोर्ड ने एक PC1 पेश किया तो उन्होंने किया मखसूस करने की खातर इसमें गंधारा इनको अकैडमी उन्होंने करा दिया यानी साड़ी आपकी ख्वाहिश भी नहीं ना साड़ी तरफों प्रपोजल है गवर्नमेंट ने साढ़े थे इतमाद भी किया सानू एक्नॉलेज किया साढ़े काम होते उन्होंने शाया किया यानी साढ़े तुम देखो कि साने इस जुबान की प्रमोशन से अपने जाती वसायल देना साने काम किया जी साहब तुमने जी थोड़ी अकैडमी का रोल है बड़े अच्छे तरीके पेश कर थोड़ा हुकूमत ना थोड़ा ताल्लुक आया जो हुकूमत की तरफ तुम्हें सपोर्ट मिली है तुम्हें एक फ्री हैंड मिले ये फंड खर्च करने का ये तो एक साइड आया हुकूमत अकली कुछ नहीं कर सकती तो ना अकैडमी कर सकती है तुमने तुहाड़े ख्याल के कार अगर तुम इस प्लेटफॉर्म के जरिए जड़े हिंकोवान कार बैठे हुए जिन्होंने तक कोई ताल्लुक नहीं रहा इस अकैडमी नाल या हुकूमत के नाल जी मावं साड़ी भैन कारे चन साढ़े भरा कारे चन वालदेन उन्होंने के कहसो कि वो लोग कार बैठे इस जबान की तरवीज से कर सकते हैं। देखो सबसे पहले तो होंगे कि जी कहना ना मादरी जुबान या मदर टंग इसका ताल्लुक माँ के नाल है यानी असं कि भी नहीं सुनने कि फादर टंग नहीं किया जाता पिदरी जुबान नहीं किया जाता इस खातर कि माँ की जुबान है ना क्योंकि माँ का राबता माँ का ताल्लुक बच्चे नाल बहुत ज़्यादा होंदा तो माँ जो उस अपनी विरासत अपनी उसकी एनर्जी अपनी तवनाई उसको देती है उस अपना टाइम देती है इस तरीके से उसको अपनी जुबान भी देती है जो बच्चे माँ अपनी जुबान देती है वह जुबान के जी उसने अपनी माँ से सीखी होती है जो अपनी अगली नस्ल में ट्रांसफर करती है तो उसको एतमाद देती है क्योंकि मादरी जुबान जी एतमाद का जरिए होता है देखो जो तरक्की याफ्ता मुल्क अमरीका तुम देख लो बरतानिया देख लो उस भी अगर एक बच्चा तालीम हासिल कर दे तो उसको कहें तुम दूसरी जुबान कड़ी लै सो इंग्लिश जुबान के उस दूसरी जुबान लाजमी पढ़ाई जाती है उन्होंने ऑप्शन दिता जाता है कि तुमने दूसरी जुबान लाजमी पढ़नी है कि इस खातर कि बच्चे की कैपेसिटी बहुत ज़्यादा होती है उसको मादरी जुबान के समझाना बड़ा आसान होता क्योंकि मादरी जुबान इस खातर उसकी उसका एक ताल्लुक होता उस जुबान के नाल मैं अपनी भैनों तो अपनी माओं में कह सकता कि वह अपने बच्चे नाल अपनी मादरी जुबान बोल सो तो उन्होंने बच्चे अंदर एतमाद पैदा हो सी साडे इस हिंकोवान माशरे दे विच माशाल्लाह बड़े जबरदस्त किस्म के लोग पैदा हुए लेकिन जो मावं अपने बच्चे नाल हिंको बोल दियाँ तो पितरस बुखारी भी पैदा होया तो यूसुफ खान भी इतने पैदा होया इतने गुलजी भी पैदा होया इसी तरह के फनकार इसी किस्म के मुख्तलिफ किस्म के लोग खिलाड़ी साढ़े इस माशरे ने पैदा किए उस टाइम पैदा किए कि जो उसमें एतमाद क्योंकि बुनियादी तौर पर होंगे एतमाद होंगे खुद एतमाद ही होंगी है माँ दे जुबान दे नाल उस बच्चे का पैरों का रिश्ता जो है ना जमीन के बड़ा मजबूत हो जाता अगर वो बच्चा अपनी मादरी जुबान न बोले दूसरी जुबान सीखे सारी जुबान सीखनी चाहिए लेकिन मादरी जुबान को भुल जाना इस तरह है कि जिस तरह अपनी अपनी जुबान अपनी जुबान भुलने का मतलब यह हो कि अपनी जड़ा से आपको महरूम पे कर दो तो जड़ा बूटा अपनी जड़ा से महरूम हो जाता वो तुम देखो उसे खुश हो जाता इसी तरीके से जड़ा बच्चा अपनी मादरी जुबान प्यार करता नफरत नहीं करता उन्होंने अल्लाह ताला अगे ले जाता है क्योंकि मादरी जुबान प्यार का सबक तो सानू हजूर पाशाह सलम ने दिता है उन्होंने वालदा ने दिता है कि जिस टाइम हजूर पाशाह सलम पैदा हुए तो मक्के दे विच बड़ियां खराबियां हो सन लेकिन एक बड़ी बड़ी जबरदस्त किस्म की ट्रेडिशन है कि बच्चे वो ग्रां भेज दे इस खातर ग्रां भेज दे मक्के से बाहर कि बच्चे की जुबान सही रहे उस दरमियान उस जी जुबान सीखे तो प्योर जुबान सीखे इतनी सी अहमियत है जुबान। बहुत शुक्रिया सर थोड़ा बड़े अच्छे तरीके बताया कि जी साड़ी मावं भैं कार बैठिया उन्होंने बहुत अहम रोल है तो इस जबान की तरवीज तरक्की दे कार उन्होंने अपना किरदार अदा करना पे सी हर इंसान को लगता है कि वह अकला के कर ले सी लेकिन यह सारा रोल उस अकले इंसान से ही शुरू होता है कतरा कतरा मिलकर ही समंदर बनता है तो अगर हर एक बंदा अपना रोल अच्छे तरीके अदा करे तो वह दिन दूर नहीं गा कि यह जबान भी और जबान आर दोबारा अपने मकाम ते आसी जो मकाम इन्हें माजी दे कार हासिल किया दोबारा वह मकाम हासिल कर सी साड़ा अज का प्रोग्राम इस नाल ही खत्म होया साड़ा प्रोग्राम तुहानू किस तरह लगा अच्छा लगा कोई सजेशन दे
देना चाहो, प्रोग्राम नूं अच्छा करना चाहो तो सानू जरूर अपनी आरा से आगाह करो। अपने मोबाइल दे मैसेज मैन्यू जाके तुसी टाइप करो मशरक स्पेस दे दो ते अपना जिहड़ा मैसेज है साडे प्रोग्राम द पेखावर गग दे बारे च वो जरूर लिखो ते 8282 ते सेंड करना। मैसेज दे घर जाके मशरक स्पेस अपना पैगाम 8282 ते सेंड कर दो। अगले प्रोग्राम तक अपने मेज़बान मोहम्मद फहीम ते पूरी टीम नूं इजाज़त दो। अल्लाह हाफिज़।